ਅਸਲਾਮੁਅਲੈਕੁਮ ਜੀ ਸਾਰਿਆਂ ਨੂੰ। ਵਾਲੇਕੁਮ ਅਸਲਾਮ। ਨਾਜ਼ਰੀਨ ਮੈਂ ਸਜਾਦ ਜਾਨੀ ਤੇ ਆ ਤੁਸੀਂ ਦੇਖ ਰਹੇ ਹਾਂ ਆਲੇ ਦੁਆਲੇ ਸਾਰਾ ਮੇਰਾ ਕਰਾਊਡ। ਮੈਂ ਇਸ ਟਾਈਮ ਫੈਸਲਾਬਾਦ ਦੇ ਵਿੱਚ ਕ੍ਰਿਸਚਨ ਟਾਊਨ ਨਜ਼ਦ ਨਿਸ਼ਾਦ ਸ਼ਰਮਾ, ਯਾਨੀ ਮੇਰਾ ਸਾਰਾ ਜਿਹੜਾ 20 ਸਾਲ 25-30 ਸਾਲ ਲੰਘਣੇ ਇਸੇ ਰੋਡ 'ਤੇ ਖੱਜਲ ਹੁੰਦੇ ਆ ਲੰਘਣੇ ਇਹ ਨਾੜ ਵਾਲੇ ਰੋਡ 'ਤੇ। ਔਰ ਇੱਥੇ ਵੀ ਮੇਰੇ ਨਾਲੇ ਨਾ ਸਾਡੇ ਸਾਰੇ ਮਸੀਹ ਭਰਾ ਨੇ, ਸਾਡੀ ਮਸੀਹ ਬਰਾਦਰੀ, ਸਾਡੇ ਭਰਾ। ਔਰ ਸਭ ਤੋਂ ਪਹਿਲੇ ਤਾਂ ਜਨਾਬ ਇੱਧਰ ਦੇਖੋ, ਸਭ ਤੋਂ ਪਹਿਲੇ ਇਹਨਾਂ ਨਾਲ ਅਸੀਂ ਗੱਲ ਸ਼ੁਰੂ ਕਰਾਂਗੇ। ਜੇ ਇਹਨਾਂ ਨੇ ਕੋਈ ਅੱਛੀ ਗੱਲ ਕੀਤੀ ਤਾਂ ਫਿਰ ਇਹਨਾਂ ਨਾਲ ਦੁਬਾਰਾ ਵੀ ਕਰਾਂਗੇ। ਅੱਛਾ, ਇਹਨਾਂ ਨੂੰ ਕਿਸੇ ਨੇ, ਤੁਸੀਂ ਇਹਨਾਂ ਦਾ ਅੰਦਾਜ਼ਾ ਲਓ। ਅੱਛਾ, ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਇਹ ਮਜ਼ਾਕ ਹੋ ਰਿਹਾ, ਇਹਦੇ 'ਚ ਕੋਈ ਜ਼ਾਤ ਪਾਤ ਨਹੀਂ ਲੈ ਕੇ ਆਉਣੀ ਕਿ ਸਾਡੇ ਜੇ ਅਸੀਂ ਕ੍ਰਿਸਚਨਾਂ ਨੂੰ ਇੱਦਾਂ ਕੀਤਾ ਅਤੇ ਮੁਸਲਮਾਨਾਂ ਨੂੰ ਇੱਦਾਂ ਕੀਤਾ। ਇਹ ਪਹਿਲੇ ਤੈਨੂੰ ਡਿਲੀਟ ਕਰੋ ਇਸ ਸੋਚ ਨੂੰ, ਇਸ ਸ਼ੋਅ ਦੇ ਵਿੱਚ ਅਸੀਂ ਸਾਰੇ ਫਿਲਹਾਲ ਇਹ ਕੱਢ ਕੇ ਇਨਸਾਨ ਆ, ਅਸੀਂ ਇਨਸਾਨ ਹਾਂ ਔਰ ਅਸੀਂ ਇੱਥੇ ਮਜ਼ਾ ਕਰ ਰਹੇ ਹਾਂ। ਕੋਈ ਵੀ ਗੱਲ ਕਿਸੇ ਨੂੰ ਅਗਰ ਕੋਈ ਕਿਸੇ ਦੇ ਦਿਲ 'ਚ ਹੈਗਾ ਨਾ ਕਿ ਯਾਰ ਇਹ ਮੁਸਲਮਾਨ ਆ ਅਤੇ ਮੈਂ ਇੱਦਾਂ ਅਤੇ ਇਹਨੇ ਇੱਦਾਂ ਕਿਹਾ ਅਤੇ ਮੈਂ ਇਹਨੂੰ ਇੱਦਾਂ ਕਿਹਾ, ਉਹ ਜਾ ਸਕਦਾ। ਇੱਥੇ ਅਸੀਂ ਸਿਰਫ ਪਿਆਰ ਮੁਹੱਬਤ ਨਾਲ ਜੁਗਤਾ, ਮੈਨੂੰ ਵੀ ਮਾਰੋ ਅਤੇ ਇਹ ਦੇਖੋ ਇਹਨੂੰ ਮੈਂ 6 ਘੰਟੇ ਪਹਿਲੇ ਫੋਨ ਕੀਤਾ, ਮੈਂ ਕਿਹਾ ਚੰਗੀ ਤਰ੍ਹਾਂ ਨਹਾ ਕੇ ਤਿਆਰ ਹੋ ਕੇ ਆਉਣਾ ਅਤੇ ਇਹ ਨਹਾ ਕੇ ਤਿਆਰ ਹੋ ਕੇ ਆਇਆ, ਉਸ ਤੋਂ ਪਹਿਲੇ ਦਾ ਆਲਮ ਦੇਖੋ ਕੀ ਹੋਏਗਾ। ਇਹ ਫੁੱਲ ਤਿਆਰ ਹੋ ਕੇ ਆਇਆ, ਨਹੀਂ ਸਾਡੇ ਵੱਲੋਂ ਵੀ ਆਇਆ ਨਾਲ ਹੀ, ਮੇਰਾ ਭਰਾ ਵੀ ਆ, ਸਾਰੇ ਮੇਰੇ ਭਰਾ ਨੇ। ਤੇਰਾ ਨਾਂ ਕੀ ਸੁਣੇ? ਰੋਬਨ। ਰੋਬਨ, ਅੱਛਾ ਰੋਬਨ ਦਾ ਮਤਲਬ ਪਤਾ ਕੀ ਹੁੰਦਾ? ਰੋਬਨ ਰੋਬਨ ਬਨ ਰੋਬਨ ਬਨ ਕੁਛ ਬਨ ਰੋਬਨ ਰੋਬਨ ਗੋਸ਼ ਇੱਕ ਆਰਟਿਸਟ ਵੀ ਸੀ, ਸ਼ਬਨਮ ਦਾ ਬੰਦਾ। ਹਾਂ ਸਹੀ ਗੱਲ ਆ। ਨਾਜ਼ਰੀਨ ਇਹ ਪ੍ਰੋਗਰਾਮ ਦਾ ਜਿਹੜਾ ਇਹਤਮਾਮ ਕੀਤਾ ਸਾਡੇ ਇੱਥੇ ਬਿਲਾਵਲ ਭਾਈ ਨੇ। ਬਿਲਾਵਲ? ਹਾਂ ਬਿਲਾਵਲ, ਬਿਲਾਵਲ ਬਿਲਾਵਲ ਰਾਗ ਵੀ ਹੁੰਦਾ, ਠਾਠ ਵੀ ਹੁੰਦਾ ਬਿਲਾਵਲ। ਵਾਹ ਵਾਹ, ਬਿਲਾਵਲ ਭਾਈ ਨੇ ਔਰ ਨਾਲ ਮੇਰਾ ਇੱਕ ਯਾਰ ਮਾਨੀ ਔਰ ਸ਼ਾਨੀ, ਦੋਨੇ ਭਾਈ ਨੇ, ਇਹਨਾਂ ਨੇ ਇਹ ਸਾਰਾ ਅਰੇਂਜਮੈਂਟ ਕੀਤਾ ਔਰ ਬਾਕੀ ਅਰੇਂਜਮੈਂਟ ਦੇ ਵਿੱਚ ਜਿੰਨੇ ਸਾਡੇ ਆਲੇ ਦੁਆਲੇ ਖੜੇ ਨੇ ਇਹਨਾਂ ਦਾ ਵੀ ਪਿਆਰ ਸ਼ਾਮਿਲ ਆ ਸਾਰਿਆਂ ਦਾ। ਇਹ ਸਰ ਬੜੇ ਵੱਡੇ ਬਦਮਾਸ਼ ਹੋਏ ਨੇ, ਕੱਲ੍ਹ ਦਾ ਕੂਆ ਸੁਣੋ ਜੀ ਜੀ, ਗਲੀ 'ਚ ਬੱਚਾ ਗੋਲਾ ਖਾ ਰਿਹਾ, ਉਹਦੀ ਕੰਨ ਪੜੀ 'ਤੇ ਪਸਤੌਲ ਰੱਖ ਦਿਓ ਤਾਂ ਸਾਰਾ ਗੋਲਾ ਚੂਪ ਲਿਆ। ਵਾਹ ਵਾਹ, ਇਹ ਜਾਣਾ ਕੌਣ ਬੰਦਾ ਹੈ ਜਾ, ਪਹਿਲੇ ਤਾੜੀਆਂ ਰੋਕ ਲੈਂਦੇ, ਉਹਦਾ ਕ੍ਰੈਡਿਟ ਉਹਨੂੰ ਪੂਰਾ ਮਿਲਣ ਦੇ ਪਹਿਲੇ। ਹਾਂਜੀ ਭੈਣ, ਇਹ ਜਾਣਾ ਵਾ ਕਰੋੜਪਤੀ ਜਮੀਦਾ ਬਚਨ, ਕਹਿੰਦਾ ਵਾ ਕੌਣ ਸਾ ਜਾਨਵਰ ਜਿਸਕੀ ਦਾਂਤ ਨਹੀਂ ਹੈ, ਕਹਿੰਦਾ ਮੇਰੀ ਨਾਨੀ। ਅੱਛਾ, ਪੁਰਾਣੀਆਂ 3 ਜੁਗਤਾਂ ਜਿਹੜਾ ਬੰਦਾ ਕਰੇ ਨਾ, ਤੀਸਰੀ ਤੋਂ ਬਾਅਦ ਉਹਨੂੰ ਬਿਠਾ ਦਿੰਦਾ, ਉਹਨੂੰ ਤੇਰੀਆਂ ਪਿੱਛੇ 2 ਰਹਿ ਗਈਆਂ ਨੇ, ਠੀਕ ਆ। ਇਹ ਵੀ ਗਿਆ ਕਰੋੜਪਤੀ 'ਚ, ਆਮਦ ਹੋਈ ਮੈਨੂੰ ਕਰੋੜਪਤੀ ਮਿਲ ਗਿਆ। ਨਹੀਂ ਠਹਿਰ ਜਾ, ਗੱਲ ਸੁਣ ਲਾ, ਐਡਾ ਤੂੰ ਤੀਵਰ ਚੋਖਾ ਨਾ ਬਣ, ਕੋਮਲ ਚੋਖਾ ਰਹਿ, ਕਿਉਂ ਬਣੇਗਾ ਕਰੋੜਪਤੀ 'ਚ? ਚੱਲ ਇੱਧਰ ਹੈ ਬੇਟਾ, ਤੈਨੂੰ ਮੈਂ ਕਰੋੜਪਤੀ 'ਚ ਭੇਜਣੇ ਆ, ਤੂੰ ਉੱਧਰ ਨੂੰ ਮੂੰਹ ਕੀਤਾ, ਕਿਉਂ ਬਣੇਗਾ ਕਰੋੜਪਤੀ 'ਚ ਚਲਾ ਗਿਆ ਭਾਜੀ? ਉਹਨਾਂ ਨੇ ਕਿਹਾ ਇਸ ਸਵਾਲ ਦਾ ਜਵਾਬ ਦੇ, ਕਹਿੰਦਾ ਜੀ ਮੈਂ ਫੋਨ ਕਰਕੇ ਇੱਕ ਦੋਸਤ ਨੂੰ ਪੁੱਛਣਾ ਚਾਹ ਰਿਹਾ, ਫੋਨ ਲੈਣ ਉਹ ਜਿਹੜੀ ਨਹੀਂ ਹੁੰਦੀ ਆਪਸ਼ਨ, ਇਹਨੇ UK ਦੋਸਤ ਨੂੰ ਫੋਨ ਬਣਾ ਲਿਆ, 2.5 ਘੰਟੇ ਉਹਨਾਂ ਗੱਲਾਂ ਕਰਦਾ ਰਿਹਾ, ਸੋਹਣੀਆਂ ਉਹਨਾਂ ਗੱਲਾਂ ਗੁੱਲਾਂ ਕਰਕੇ ਫੋਨ ਰੱਖ ਕੇ, ਕਹਿੰਦਾ ਜੀ ਮੈਨੂੰ ਨਹੀਂ ਪਤਾ ਇਸ ਸਵਾਲ ਦਾ। ਉਹਨਾਂ ਨੇ ਚਪੇੜਾਂ ਮਾਰੀਆਂ, ਨਾਲੇ ਉਹਨਾਂ ਨੇ ਕਿਹਾ 1,20,000 ਫੋਨ ਦਾ ਬਿੱਲ ਵੀ ਦੇ। ਸਰ ਏਡਾ ਮੌਜੀ ਇਨਸਾਨ ਨੇ, ਸਿਰ 'ਚ ਖਾਰਿਸ਼ ਕਰਦੇ ਆ, ਹੱਥ 'ਚ ਜੂ ਆ ਗਈ, ਤੈਨੂੰ ਚੱਲ ਮੌਜ ਕਰ ਫਿਰ ਸਿਰ 'ਚ। ਅੱਛਾ ਸਮਝ ਸਮਝ ਆਈ ਆ, ਮੈਂ ਆਪਣੇ ਜਿਹੜੇ ਸਾਡੇ ਲੋਕ ਨੇ ਨਾ, ਅਸੀਂ ਬੈਠੇ ਤੇ ਫੈਸਲਾਬਾਦ ਨਿਸ਼ਾਦ ਸ਼ਰਮੇ ਦੇ ਕੋਲ ਆ, ਪਰ ਪੂਰੀ ਦੁਨੀਆ 'ਚ ਲੋਕ ਵੇਖ ਰਹੇ ਨੇ। ਲਓ ਜੀ, ਅੱਛਾ ਕੀ ਗੱਲ ਹੋ ਰਹੀ ਸੀ? ਆਹੋ ਮੈਂ ਦੱਸਦਾ ਸੀ ਕਿ ਇਹ ਸ਼ੋਅ ਜਿਹੜਾ ਨਾ ਬਹੁਤ ਦੁਨੀਆ 'ਚ ਵੇਖਿਆ ਜਾਂਦਾ ਅਤੇ ਕੁਛ ਲੋਕ ਸਾਡੇ ਉਰਦੂ ਸਪੀਕਿੰਗ ਵੀ ਨੇ, ਉਹਨਾਂ ਨੂੰ ਫਿਰ ਮੈਂ ਸਮਝਾ ਦਿੰਦਾ ਹੁੰਦਾ, ਅੱਛੀ ਗੱਲ ਹੋਵੇ ਕਿ ਯਾਰ ਭਾਈ ਨੇ ਇਹ ਗੱਲ ਕਹੀ ਹੈ। ਇਹਨਾਂ ਨੇ ਕਿਹਾ ਜੀ ਕਿ ਖਾਰਿਸ਼ ਕਰ ਰਿਹਾ ਸਿਰ 'ਚ ਅਤੇ ਅੱਜ ਜੂੰ ਆ ਗਈ, ਤੈਨੂੰ ਤਰਸ ਆ ਗਿਆ ਕਿ ਨਹੀਂ? ਕਹਿੰਦਾ ਜਾ ਮੌਜ ਕਰ ਫਿਰ ਉੱਧਰ, ਫਿਰ ਉੱਥੇ ਰੱਖ ਕੇ ਬਲਕਿ ਇੰਜ ਵੀ ਕੀਤਾ ਕਿ ਤਰਾ ਰੱਚ ਜਾਏ। ਹਾਂਜੀ, ਰਾਗਦਾਰੀ ਦੇ ਬਾਰੇ 'ਚ, ਰਾਗਦਾਰੀ ਦੇ ਬਾਰੇ ਬੇਟਾ ਮੈਂ ਇੱਥੇ ਮਤਲਬ ਕਿ ਮਿਊਜ਼ਿਕ ਦਾ ਪ੍ਰੋਗਰਾਮ ਕਰ ਰਿਹਾ, ਰਾਗਦਾਰੀ ਦਾ ਕੀ ਤੈਨੂੰ ਰਾਗਦਾਰੀ ਆਉਂਦੀ? ਸੁਣਨਾ ਕੀ ਤੁਸੀਂ ਮੇਰੇ ਕੋਲ?
ਤੂੰ ਮੈਨੂੰ ਤੈਨੂੰ ਮੈਂ 500 ਰੁਪਏ ਦਾਂਗਾ ਤੂੰ ਮੈਨੂੰ ਰਾਗ ਹਮੀਰ ਦੀ ਰੋਹੀ ਮਰੋਹੀ ਸੁਣਾ ਦੇ। ਨਹੀਂ ਰਾਗ ਗਰੀਬ ਦੀ ਸੁਣਨਾ ਮੇਰੇ ਕੋਲ। ਉਹ ਤਾਂ ਬੇਟਾ ਸਾਰਾ ਮਹੱਲਾ ਸੁਣਦਾ ਹੋਣਾ ਨਾ। ਰਾਗ ਹਮੀਰ ਹੁੰਦਾ ਇੱਕ ਰਾਗ ਹਮੀਰ, ਉਹਦੀ ਰੋਹੀ ਮਰੋਹੀ ਸੁਣਾ ਦੇ, 500 ਰੁਪਏ ਦਊਂਗਾ। ਬਸ ਕਰ ਦੇ ਜੈਜਾ ਬੰਤੀ, ਅਗਲੇ ਦਾ ਜਵਾਬ ਨੀ ਦੇਣਾ। 50,000 ਰੁਪਏ ਦਾ ਤੁਹਾਡਾ ਮਕਾਨ ਨੀ ਹੋਣਾ ਬੇਟੇ। ਗੱਲ ਮੇਰਾ ਜਵਾਬ ਦਿੱਤਾ ਨੀ ਅੱਗੋ ਮੈਨੂੰ, ਜੇ ਮੈਨੂੰ ਰਾਗ ਹਮੀਰ ਦਾ ਪਤਾ ਨਾ ਤੇ ਜੈਜਾ ਬੰਤੀ ਤੇ ਉਰੇ ਪਈ ਆ। ਹਾਂ ਚੱਲ ਕੋਈ ਗਾਣਾ ਦੱਸ ਦੇ ਰਾਗ ਹਮੀਰ ਚ, ਜਦ ਤਾਂ ਵੀ 500 ਰੁਪਏ ਦਊ। ਉਹਦੀ ਗੱਲ ਸੁਣ ਲਓ ਬਿਲੇ, ਮੈਂ ਤੇਰਾ ਬੂ ਆ। ਹੁਣ ਮੈਂ ਸੁਣਾਉਣਾ ਠਹਿਰ ਜੋ, ਇਹਨੇ ਕਿਉਂਕਿ ਕਿਉਂਕਿ ਮੈਂ ਗੱਲ ਹੀ ਕੀਤੀ, ਇਹਨੇ ਆਪ ਗੱਲ ਕੀਤੀ, ਕਹਿੰਦਾ ਕੋਈ ਰਾਗਦਾਰੀ ਦੀ ਗੱਲ ਕਰ ਲਈ ਇਹਨੇ ਕਿਹਾ ਨਾ। ਹੁਣ ਮੈਂ ਤੈਨੂੰ ਗਾਣਾ ਸੁਣਾਵਾਂ, ਸੁਣ ਲਾ ਰਾਗ ਮੀਰ ਚ ਗਾਣਾ ਸੁਣ ਲਾ। ਮਧੂਬਨ ਮੇਰਾ ਦਿਕਾ ਨਾਚ ਰੇ ਮਧੂਬਨ, ਇਹ ਰਾਗ ਅਮੀਰ ਆ ਜਿਹਨੂੰ ਮਰਜ਼ੀ ਪੁੱਛ ਲਈ ਰਾਗ ਹਮੀ। ਉਹ ਏਡਾ ਹੀ ਤਾੜੀਆਂ ਕਾਦੀਆਂ ਬੇਟੇ, ਮੈਂ ਯਾਦ ਕੀਤਾ ਤਾੜੀਆਂ ਕਾਦੀਆਂ ਤੇਰੇ ਤਾੜੀ ਪਿੱਛੇ ਮਾਰਦੇ ਮਾਰਦੇ 100 ਵਾਲਾ ਆ ਜੇ ਤੇ ਤਾੜੀ ਮਾਰਕ ਦੇ ਵਿੱਚ ਰੱਖ ਲੈਂਦੇ ਨੇ, ਬਾਅਦ ਚ ਤਾੜੀ ਰੋਕ ਲੈਣੀ। ਅੱਛਾ ਨਾਦਰੇ, ਜਿਹੜੇ ਫੈਸਲਾਬਾਦ ਦੇ ਲੋਕ ਨੇ ਉਹ ਤਾਂ ਜਾਣਦੇ ਹੋਣਗੇ, ਇੱਥੇ ਤਾਂ ਨਾ ਐਕਸੈਂਟ ਬਹੁਤ ਆਲਾ, ਹਰ ਮਹੱਲੇ ਦਾ ਇੱਕ ਐਕਸੈਂਟ ਹੁੰਦਾ, ਜਿੱਦਾਂ ਗੁਲਾਮਾਬਾਦ ਦਾ ਇੱਕ ਬੋਲਣ ਦਾ ਐਕਸੈਂਟ ਆ, ਉਹਨਾਂ ਦਾ ਹੋਰ। ਆਓ ਜੀ ਭਾਅ ਜੀ, ਕੀ ਹਾਲ ਆ ਤੁਹਾਡਾ, ਆ ਜਾਓ ਉਤਰੇ ਹੋ ਗੱਡੀ ਤੋਂ, ਉਹਨਾਂ ਦਾ ਐਕਸੈਂਟ ਆ ਇੱਥੇ ਦਾ। ਹਾਂਜੀ ਭਰਾ ਵੀ ਆਇਆ ਮੇਰੇ, ਅਰੇ ਮੈਂ ਸ਼ਕਲ ਤਾਂ ਮਿਲਦੀ ਨਹੀਂ ਤੁਹਾਡੀ ਦੋਨਾਂ ਦੀ। ਬੇਟੇ ਮੈਂ ਤੈਨੂੰ ਕੱਢਣ ਨੂੰ ਫਿਰਦਾ, ਤੂੰ ਉਹਨੂੰ ਵੀ ਬੁਲਾ ਲਿਆ। ਲਓ ਜੀ ਨਾਦਰੀਨ, ਭੈਣ ਤੁਹਾਡਾ ਭਾਈ ਜਿਹੜਾ ਆਇਆ ਕਿੱਥੇ ਆ? ਭੈਣ ਤੁਹਾਡਾ ਨਾਮ ਕੀ? ਐਸਨ। ਐਸਨ ਕੰਨ ਤੇ ਜਰਾਬਾਂ ਚੜਾ ਕੇ ਨਾ ਮੈਨੂੰ ਬੱਕਰਾ ਬੱਕਰਾ ਕਹੋ, ਜਰਾਬਾਂ ਸੋਹਣੀਆਂ ਲੱਗੀ ਕਹਿੰਦਾ ਮੈਨੂੰ ਕੁੱਤਾ ਕੁੱਤਾ ਕਹੋ। ਇਹਦਾ ਸਟਾਈਲ ਦੇਖਣਾ, ਇਹ ਖਾਲਸਾ ਮਰਾਸੀ ਹੈ ਨਾ, ਮੌਲਾ ਖੈਰ ਰੱਖੇ। ਇਹਨੂੰ ਕਿਸੇ ਨੇ ਦੱਸਤਾ ਨਹਾਉਣ ਲੱਗਿਆ ਪਹਿਲਾ ਡੱਬਾ ਪਾਣੀ ਦਾ ਸੁੱਟੀਏ ਨਾ ਤੇ ਠੰਡ ਲੱਗ ਜੀ, ਤੇ ਪਹਿਲਾ ਡੱਬਾ ਕੰਧ ਤੇ ਸੁੱਟ ਕੇ ਤੇ ਪਕਾਇਆ। ਬਿਮਾਰ ਹੋ ਗਿਆ ਤੇ ਡਾਕਟਰ ਕੋਲ ਬੋਤਲ ਲਵਾਉਣ ਚਲ ਗਿਆ, ਰਾਤ ਦੇ 2:30 ਵਜੇ ਬੋਤਲ ਲੰਮੇ ਪਈ ਤੇ ਆਪ ਉੱਤੇ ਟੰਗੀ। ਭੈਣ ਕੋ ਤੁਸੀਂ ਮੈਨੂੰ ਕਿਸੇ ਦੀ ਸਾਦੀ ਆਇਆ ਇਹ ਬੰਦਾ, ਭੈਣ ਤੁਸੀਂ ਇਹਨੂੰ ਬੁਲਾਓ ਜ਼ਰਾ, ਤੁਸੀਂ ਆਓ ਜੀ, ਆਓ ਜੀ। ਅੱਛਾ ਭਾਈ ਜਾਨ, ਆਪਕਾ ਨਾਮ ਕਿਆ ਹੈ? ਰਤਨ। ਰਤਨ ਜੀ, ਵਾਹ। ਉਹ ਜਿਹੜਾ ਕਹਿੰਦੇ ਨੇ ਯਾਰ ਤੂੰ ਤੇ ਕਿਸੇ ਹਾਂਡੀ ਦਾ ਰਤਨ ਨਹੀਂ ਹੈਗਾ। ਨਹੀਂ ਨਹੀਂ ਮੈਂ ਹਰ ਪਾਸੇ ਰਤਨ। ਅੱਛਾ ਉਹ ਟੱਕਣ ਹੁੰਦਾ? ਟੱਕਣ ਨਹੀਂ ਹੁੰਦਾ, ਟੱਕਣ ਚਾੜਨ ਵਾਲਾ। ਅੱਛਾ ਇਹਦੇ ਇਹ ਦੇਖ ਕੇ ਕੋਈ ਆਮਦ ਹੋ ਰਹੀ? ਹਾਂਜੀ ਹਾਂ, ਇਹ ਸੁੱਕੇ ਦਰਖਤ ਤੇ ਉਮੀਦ ਬੰਨਿਆ। ਸੁੱਕੇ ਦਰਖਤ ਤੇ ਤਵੀਜ਼ ਬੰਨੇ ਆ ਕਹਿੰਦਾ। ਅੱਛਾ ਹਾਂਜੀ, ਇਹ ਚੋਰ ਸਾਹਿਬ ਹੋਣੀ ਭਾਈ ਡਾਕਟਰ ਕੋਲ ਚੱਲੇ ਜਾਂਦੇ, ਡਾਕਟਰ ਸਾਹਿਬ ਮੈਂ ਇਹਦਾ ਕੰਮ ਨਹੀਂ ਕਰ ਰਿਹਾ, ਕਹਿੰਦਾ ਮੈਂ ਤਾਂ ਕੰਮ ਨਹੀਂ ਕਰ ਰਿਹਾ। ਉਹਨੇ ਭਾਈ ਛੋਟਾ ਗੋਸ਼ਤ ਲਿਖਤਾ, ਕਹਿੰਦਾ ਡਾਕਟਰ ਸਾਹਿਬ ਦਵਾਈ ਰੱਖੋ ਮੈਂ ਵੱਡੀ ਤੇ ਲੈ ਲਵਾਂਗਾ। ਆਹੋ ਸਹੀ ਗੱਲ ਹੈ, ਗੋਸ਼ਤ ਲਿਖਤਾ। ਇਹਨੂੰ ਇੱਕ ਬੰਦੇ ਨੇ 19 ਗਾਲਾਂ ਕੱਢੀਆਂ, ਕਹਿੰਦਾ 19 ਗਾਲਾਂ ਕੱਢੀਆਂ, ਕਹਿੰਦਾ ਜ਼ਿਆਦਤੀ ਹੈ 20 ਪੂਰੀਆਂ ਘਰ। ਹਾਂਜੀ ਇਹ ਤੂੰ ਆਪੇ ਹੀ ਕਿਹਾ ਵਾ। ਉਹ ਬੇਟਾ ਇੱਧਰ ਭਾਰ ਬਹੁਤਾ ਪੈਣਾ ਵਾ, ਮੈਂ ਨਾਲ ਬੁਲਾ ਲਾ ਕਿਸੇ ਨੂੰ। ਚੋਰ ਸਾਹਿਬ ਨੇ ਡਾਕਟਰ ਸਾਹਿਬ ਕੋਲ ਚਲੇ ਗਏ, ਕਹਿੰਦੇ ਡਾਕਟਰ ਸਾਹਿਬ ਮੈਂ ਇੱਦਾਂ ਕੰਮ ਨਹੀਂ ਕਰ ਰਿਹਾ। ਉਹਨੇ ਛੋਟਾ ਗੋਸ਼ਤ ਲਿਖਤਾ, ਵੱਡਾ ਗੋਸ਼ਤ ਲਿਖਤਾ, ਮੁਰਗੀ ਲਿਖਤੀ। ਤੇਰੀ ਬੁੱਢੀ ਕਹਿੰਦੀ ਕੀ ਹੋਇਆ? ਕਹਿੰਦੇ ਬਸ ਜਵਾਬ ਹੋ ਗਿਆ। ਅੱਛਾ ਇਹਨੂੰ ਬੁਖਾਰ ਹੋਇਆ, ਡਾਕਟਰ ਨੇ ਕਿਹਾ ਤੈਨੂੰ ਟੀਕਾ ਲੱਗਣਾ, ਕਹਿੰਦਾ ਸਰਿੰਜ ਤੋਂ ਬਗੈਰ ਲਿਓ, ਮੇਰਾ ਮੂੰਹ ਹੀ ਸਰਿੰਜ ਵਰਗਾ, ਮੈਨੂੰ ਅੱਗੇ ਲਾ ਦਿਓ। ਐ ਨਾ ਐ ਮੈਂ ਯਕੀਨ ਨਾ ਕਹਿ ਸਕਦਾ ਇਹਨੇ ਹੁਣੇ ਬਣਾਈ ਹੈ। ਅੱਛਾ ਜੀ ਭੈਣ ਮੇਰੇ, ਮੈਂ ਕਹਿਣ ਲੱਗਾ ਸਾਂ ਕਿ ਜਦੋਂ ਬੱਚਾ ਪੈਦਾ ਹੁੰਦਾ ਨਾ ਤੇ ਉਹਦਾ ਛੋਟਾ ਜਿਹਾ ਮੂੰਹ ਹੁੰਦਾ ਤੇ ਇੱਕ ਨਿੱਕੀ ਚੂਸਣੀ ਉਹਦੇ ਮੂੰਹ 'ਚ, ਤੇ ਤੁਹਾਡਾ ਤੇ ਪਹਿਲੀ ਚੂਸਣੀ ਜਿਹੜਾ ਮੂੰਹ ਹੋਣਾ ਵਾ, ਮੈਂ ਜੁਗਤ ਨਹੀਂ ਮਾਰ ਰਿਹਾ ਕਸਮ, ਮੈਂ ਮਜ਼ਾਕ ਨਾ, ਮੈਂ ਮੇਰੇ ਜ਼ਿਹਨ 'ਚ ਆਇਆ ਕਿ ਤੁਹਾਡੇ ਜ਼ਿਹਨ 'ਚ ਉਹਨਾਂ ਨੇ ਮਤਲਬ ਕਿਹੜੀ ਐਸੀ ਸ਼ੈ ਦਿੱਤੀ ਹੋਏਗੀ ਜਦੋਂ ਤੁਸੀਂ ਦੁੱਧ ਪੀਤਾ ਹੋਏਗਾ। ਮਸਵਾਕ ਹੈ, ਮਸਵਾਕ ਵੀ ਮੋਟੀ ਹੁੰਦੀ ਹੈ, ਮਾਚਸ ਦੀ ਤੀਲੀ ਦਾ ਮਸਾਲਾ ਨਹੀਂ ਹੁੰਦਾ ਉਹਨੂੰ ਮੇਰੇ ਹਾਲਾਂ 'ਚ ਦੁੱਧ 'ਚ ਭੇਂ ਭੇਂ ਕਹਿੰਦਾ ਤੇ ਜ਼ਬਾਨ ਨਾਲ ਉਹਨੇ ਐਂ ਕਰ, ਜਿਵੇਂ ਕੰਨ 'ਚ ਨਹੀਂ ਤੇਲ ਦੇਈਦਾ ਉਵੇਂ ਦੇ ਮੂੰਹ 'ਚ ਉਹਨਾਂ ਨੇ ਦੁੱਧ ਦਿੱਤਾ ਨਾ, ਮੈਨੂੰ ਲੱਗ ਰਿਹਾ। ਅੱਛਾ ਭੈਣ ਕੋਈ ਹੋਰ ਤੁਹਾਨੂੰ ਕੋਈ ਆਮਦ? ਯਾਰ ਤੂੰ ਇੱਧਰ ਆ ਯਾਰ, ਚੱਲ। ਅੱਛਾ ਭੈਣ ਇਹ ਠੀਕ ਆ, ਉਹ ਕਰੈਕਟਰ ਚਲਾ ਗਿਆ, ਓਕੇ। ਪਰ ਤੂੰ ਇੱਥੇ ਤੂੰ ਜਾਣਾ ਨਹੀਂ, ਤੂੰ ਜਾਣਾ ਨਹੀਂ ਕਿਉਂਕਿ ਤੈਨੂੰ ਵੇਖ ਕੇ ਮੈਨੂੰ ਹੌਸਲਾ ਮਿਲ ਰਿਹਾ,
ਕਿ ਮੈਂ ਕਿਹੜਾ ਦੇਸੀ ਕਿਉਂ ਹੈ ਇਹ ਚ ਬੋਲ ਮੈਂ ਕਿਹੜਾ ਦੇਸੀ ਕਿਉਂ ਦੇਸੀ ਕਿਉਂ ਦਾ ਨਾਂ ਨਾ ਲੈ ਮੜੇ ਕੜਲ ਪੈ ਜਾਣੀ ਤੈਨੂੰ ਵੜਨ ਵੀ ਨਹੀਂ ਦੇਣਾ ਕਿਸੇ ਨੇ ਆਹੋ ਇਹ ਇੱਥੇ ਦੀ ਟੈਂਪੋ ਚੈੱਕ ਕਰੋ ਤੁਸੀਂ ਕਿੱਡੀ ਮਿੱਠੀ ਅਤੇ ਮਜ਼ੇਦਾਰ ਬੋਲੀ ਹੈ ਅੱਛਾ ਯਾਰ ਕੋਈ ਇਹਨੂੰ ਮਾਰ ਜੂ ਨਹੀਂ ਨਹੀਂ ਮੈਂ ਤੁਹਾਨੂੰ ਜੂ ਕਦ ਮੈਨੂੰ ਓ ਯਾਰ ਓਏ ਹੋਏ ਹੋਏ ਜਾਨੀ ਭਾਈ ਦੀ ਬਰਾਤ ਅਤੇ ਅੱਧੀ ਬਰਾਤ ਤੁਰ ਕੇ ਯਾਦ ਆਇਆ ਕਿ ਬੂਟ ਤੇ ਗੱਡੀ 'ਚ ਹੀ ਰਹਿ ਗਏ ਨੇ ਇਹ ਜੁਗਤ ਸੀ ਇਹ ਰੇਲ ਸੀਨ ਸੀ ਏਦਾਂ ਨਹੀਂ ਕਹਿੰਦਾ ਮੈਂ ਕਿੰਨੀਆਂ ਹੀ ਗੱਲਾਂ ਬਣਾ ਲਾ ਵੱਟਾ ਚੁਬਿਆ ਨਾ ਪੈਰ ਤੇ ਉਦੋਂ ਤੁਹਾਨੂੰ ਪਤਾ ਲੱਗਾ ਕਿ ਬੂਟ ਤੇ ਪਾਏ ਨਹੀਂ ਮੈਂ ਅਸਲ 'ਚ ਮੈਨੂੰ ਨਾ ਜੀ ਵਿਆਹੇ ਜਾਣ ਦੀ ਇੰਨੀ ਖੁਸ਼ੀ ਸੀ ਮੈਂ ਮੈਨੂੰ ਸਮਝ ਨਹੀਂ ਲੱਗੀ ਅੱਛਾ ਤੈਨੂੰ ਲੱਗੀ ਤੁਹਾਨੂੰ ਲੱਗੀ ਮੈਨੂੰ ਤਾਂ ਲੱਗ ਗਈ ਤੈਨੂੰ ਲੱਗੀ ਤੁਹਾਨੂੰ ਲੱਗ ਗਈ ਇਹ ਤੈਨੂੰ ਲੱਗੀ ਆ ਬਾਬਾ ਜੀ ਤੁਸੀਂ ਕੀ ਗੱਲ ਇੱਥੇ ਖੈਰ ਆ ਕੋਈ ਹਿਸਾਬ ਕਿਤਾਬ ਕਰਨ ਆਏ ਆ ਐਡਾ ਸੀਰੀਅਸ ਹੋ ਕੇ ਤੂੰ ਇੰਜ ਬੈਠਾ ਕੀ ਗੱਲ ਆ ਮੈਨੂੰ ਖੁਸ਼ੀ ਇੰਨੀ ਹੈ ਕਿ ਮੈਂ ਤੁਹਾਡੇ ਨਾਲ ਬੈਠਾ ਜੇ ਤੇ ਤੇਰੇ ਜ਼ਿਹਨ 'ਚ ਨਾ ਮੈਂ ਤੈਨੂੰ ਜਾਣ ਲੱਗਿਆ 500 ਦੇਣਾ ਤੇ ਤੇਰੀ ਗਲਤ ਫਹਿਮੀ ਇੱਕ ਰੁਪਈਆ ਨਹੀਂ ਮੈਂ ਦੇਣਾ ਮੈਂ ਲੈਣਾ ਵੀ ਨਹੀਂ ਕਿਉਂਕਿ ਤੀ ਨਕਲੀ ਦੇ ਜਾਣਾ ਅੱਛਾ ਪੁਆਇੰਟ ਤੁਸੀਂ ਤੁਹਾਡੀ ਕੋਈ ਕੁਆਲ ਪਾਰਟੀ ਹੈ ਇਹਨਾਂ ਨੇ ਕੜੀ ਬਣਾ ਲਈ ਯਾਰ ਮੈਂ ਪਹਿਲੇ ਜਿਹੜੀ ਗੱਲ ਕੀਤੀ ਕੋਈ ਕੁਆਲ ਪਾਰਟੀ ਤੁਹਾਡੀ ਮੈਨੂੰ ਸਮਝ ਨਹੀਂ ਲੱਗੀ ਨਹੀਂ ਤੁਸੀਂ ਸਾਈਂ ਛੱਡਦੇ ਅਰਗੇ ਵਾਲ ਰੱਖੇ ਮੈਂ ਕਿਹਾ ਯਾਰ ਸਾਰਾ ਮੈਨੂੰ ਵਾਲਾਂ ਨਹੀਂ ਜੁਗਤਾ ਮਾਰਦਾ ਮੈਂ ਪਾ ਯਾਰ ਇੱਧਰ ਅੱਗੇ ਕਰ ਰਿਹਾ ਇਹ ਦੇਖੋ ਉੱਧਰ ਇੱਧਰ ਮੇਰੇ ਵੱਲ ਵੇਖ ਉਹ ਮੇਰੇ ਵੱਲ ਦੇਖ ਇਹ ਦੇਖੋ ਨਾਦਰੀਨ ਯਾਰ ਮੈਂ ਪਾਗਲ ਪਰ ਲੋਕਾਂ ਨੇ ਵਾਲ ਰੱਖੇ ਤੂੰ ਕਰੀਮ ਰੋਲ ਫਿੱਟ ਕਰਾਏ ਸਾਰੇ ਮੈਨੂੰ ਵਾਲਾਂ ਦੀ ਜੁਗਤਾ ਮਾਰਦੇ ਨੇ ਤੂੰ ਲੱਕੀ ਕੇ ਬੈਠਾ ਇੰਜ ਕਰਦਾ ਰਹਿੰਦਾ ਮੈਂ ਪਾਗਲ ਅਗੋ ਮੁੱਛਾਂ ਵੀ ਤੇਰੀਆਂ ਇੰਜ ਜਿਵੇਂ ਉਹ ਬਰਫ਼ ਖਿੱਚਣ ਵਾਲੀ ਕੈਂਚੀ ਹੁੰਦੀ ਇਹਨਾਂ ਨਾਲ ਕੜੀ ਪਕਾ ਲਈ ਕੜੀ ਧੂਪ ਮੈਂ ਕੜੀ ਧੂਪ ਮੈਂ ਤੇ ਹੁਣ ਘਰ ਘਿਓ ਨਾ ਹੋਏ ਹਾਂ ਤੇ ਇਹਨਾਂ ਨੇ ਹੁਣ ਘਰ ਦੇ ਕਹਿੰਦੇ ਯਾਰ ਕੜੀ ਅੱਛਾ ਤੂੰ ਮੂੰਹ ਨਾ ਘੱਟ ਜੁਗਤ ਮਾਰਦਾ ਮਰੇ ਤੂੰ ਝੱਗ ਬਹੁਤੀ ਕੱਢਣ ਲੱਗ ਪੈਣਾ ਜੁਗਤ ਦੀ ਮੈਂ ਰਲਿਆ ਨਹੀਂ ਤੂੰ ਇੰਜ ਮਤਲਬ ਸਰਫ ਦੇ ਪੂਰੇ ਪਾ ਕੇ ਤੇ ਨਾਲ ਕਹੀ ਜਾਣਾ ਇਹਨਾਂ ਨੇ ਇੰਜ ਇੰਜ ਕਰ ਲਿਆ ਮੈਂ ਰਲਿਆ ਤੂੰ ਝੱਗ ਕੱਢ ਰਿਹਾ ਜੁਗਤ ਦੀ ਆ ਵੇ ਅਗੋ ਘਰ ਦੇ ਨੂੰ ਕਹਿੰਦੇ ਕੜੀ 'ਚ ਪਕੌੜੇ ਪਾਣੇ ਕਿ ਭਿੰਡੀਆਂ ਪਾਣੀਆਂ ਬਸ ਮੁੱਕ ਗਈ ਆ ਉਹ ਭਾਈ ਤੈਨੂੰ ਘੰਟਾ ਹੋ ਗਿਆ ਕਹਿ ਰਿਹਾ ਕਿ ਉੱਠ ਪਿਆ ਉਹਨੂੰ ਪਤਾ ਤੂੰ ਫਿੱਕਾ ਉਹ ਤੈਨੂੰ ਜਾਣਦਾ ਭੇਤੀ ਤੇਰਾ ਕਸਮੇ ਤੇਰਾ ਅੱਛਾ ਚੱਲ ਤੁਸੀਂ ਕਦੀ ਜ਼ਿੰਦਗੀ ਸੁਣਿਆ ਕਿ ਇੱਕੋ ਬੰਦੇ ਨੂੰ ਇੱਕ ਸਜ਼ਾ ਦੋ ਵਾਰੀ ਮਿਲੀ ਹੋਵੇ ਇਹ ਦੇਖੋ ਜੀ ਆ ਫੇਰ ਆ ਗਿਆ ਓਏ ਕੋਈ ਗੱਲ ਕਰੋ ਨਹੀਂ ਤੇ ਮੈਂ ਹੁਣ ਤੈਨੂੰ ਕੁਰਸੀ ਸਮੇਤ ਬਾਹਰ ਸਿੱਟ ਦੇਣੀ ਮੈਂ ਆ ਬਿਸਮਿਲਲਾ ਆ ਗਿਆ ਓਏ ਫੇਰ ਆ ਗਿਆ ਕੁਲਫੀ ਤੋਂ ਬਗੈਰ ਟੀਲਾ ਹੁੰਦਾ ਮਰੇ ਅੱਛਾ ਉਹਨੇ ਜੁਗਤ ਪੁੱਠੀ ਕਰਤੀ ਜੁਗਤ ਐਸੀ ਤੀਲੇ ਤੋਂ ਬਗੈਰ ਕੁਲਫੀ ਹੁੰਦੀ ਉਹਨਾਂ ਦੀ ਸਿਹਤ ਵੇਖ ਕੇ ਉਹਨੇ ਕੁਲਫੀ ਉੱਥੇ ਰੱਖ ਲਈ ਵਿੱਚੋਂ ਤੀਲਾ ਕੱਢ ਲਿਆ ਹਾਏ ਵਾਹ ਸੁਭਾਨ ਅੱਲਾ ਇਹ ਆਪਣੀ ਬੀਵੀ ਨੂੰ ਪੁੱਛਣਾ ਜਾਨੂ ਮੈਂ ਤੈਨੂੰ ਕਿਹਦੇ ਵਰਗਾ ਲੱਗਣਾ ਕਹਿੰਦਾ ਮੇਰੀ ਬੁੜੀ ਦੀ ਅੱਬੇ ਦੀ ਚੁੰਡੀ ਵਰਗਾ ਲੱਗਣਾ ਨਸਵਾਰ ਵਾਲੀ ਇਹਦੇ ਅੱਬੇ ਨੇ ਇੱਕ ਦਿਨ ਇਹਨੇ ਨਸਵਾਰ ਫੜੀ ਤੇ ਇੱਥੋਂ ਰੱਖਣ ਲੱਗਾ ਤੇ ਇਹਨੇ ਇੱਥੋਂ ਉਹਦੇ ਅੱਬੇ ਨੂੰ ਆ ਲਈ ਅੱਬਾ ਮੈਂ ਵੀ ਹੋ ਉਹਨੇ ਇੰਜ ਕਰਕੇ ਉਹਨੇ ਕਿਹਾ ਮਰੇ ਤੂੰ ਤਾਂ ਵਿੱਚੋਂ ਨਿਕਲ ਇਹਨਾਂ ਨੇ ਪੁਲਿਸ ਆਈ ਤਾਂ ਲੋਕਾਂ ਨੇ ਪੁੱਛਿਆ ਕੀ ਹੋਇਆ ਕਹਿੰਦਾ ਨਹੀਂ ਕਸ਼ਫ ਵਾਲੇ ਪੈਸੇ ਲੈਣ ਆਏ ਆ ਕੈਸਾ ਟੈਕਨੀਕਲ ਬਦਲਾ ਯਾਰ ਵਾਹ ਜ਼ਰਦਾਰੀ ਖੜਾ ਉਹਨੂੰ ਬ੍ਰੇਕ ਤੋਂ ਬਾਅਦ ਅਸੀਂ ਲਿਆਵਾਂਗੇ ਆ ਜਿਹਨੇ ਹੁਣੇ ਕਹਿਣਾ ਕਹਿੰਦਾ ਜੇ ਏਡਾ ਪਿਆਰਾ ਲੱਗਦਾ ਤੇ ਚੁੰਮੀ ਲੈ ਲਓ ਤੇ ਜਿਹਨੇ ਕਿਹਾ ਮੈਂ ਤੁਹਾਨੂੰ ਉਹਦਾ ਮੂੰਹ ਵਹਾਉਣਾ ਕਿਆਮਤ ਬਈ ਕਸਮ ਵਾਲੀ ਗੱਲ ਆ ਵਾਹਦ ਇਹਦੀ ਮਾਂ ਹੋਣੀ ਆ ਜਿਹਨੇ ਢਿੱਡੋਂ ਬੱਚਾ ਜੰਮ ਗਿਆ ਅੱਜ ਤੱਕ ਨਹੀਂ ਚੁੰਮਿਆ ਹੋਣਾ
ਮੈਂ ਤੁਹਾਨੂੰ ਸ਼ਕਲ ਵਿਖਾਉਣਾ, ਠਹਿਰ ਜਾਓ ਜ਼ਰਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ। ਲੈ ਜੀ ਨਾਜ਼ਰੀਨ, ਵੈਲਕਮ ਬੈਕ ਨਾਜ਼ਰੀਨ ਪ੍ਰੋਗਰਾਮ ਦੁਬਾਰਾ ਖੁਸ਼ ਆਮਦੀ ਤੋਂ। ਬੱਚਾ ਇਹ ਨਾਜ਼ਰੀਨ ਹੈ ਹਾਜ਼ਰ ਆ, ਇਹ ਕੈਮਰੇ 'ਚ ਦੇਖ, ਉੱਧਰ ਦੇਖ ਬੇਟਾ, ਬਸ ਬਹੁਤਾ ਨਹੀਂ ਦੇਖਣਾ, ਮਾਰੇ ਲੈਂਸ ਨਾ ਖਰਾਬ। ਰੋਸ਼ਨੀ ਬਹੁਤ ਪੈਂਦੀ। ਅੱਛਾ ਤੂੰ ਬਾਹਰ ਖਲੋਤੇ ਸਾਡਾ ਕੀਤਾ ਮਜ਼ਾਕ, ਹੁਣ ਤੂੰ ਬੇਟਾ ਗੁੱਸਾ ਨਹੀਂ ਕਰਨਾ, ਸਮਝ ਆ ਗਈ? ਸਾਰੀ ਦੁਨੀਆ ਦੇ ਬੱਚਿਆਂ ਨੂੰ ਮਾਵਾਂ ਜਦੋਂ ਵੇਖਦੀ ਨਾ, ਮਾਸੀਆਂ ਫੁੱਫੀਆਂ ਆ ਕੇ ਸਾਡੇ ਭਤੀਜਾ ਭਾਂਜਾ ਜਾਂਦੀਆਂ, ਕਹਿੰਦੀ ਨਹੀਂ ਮੈਨੂੰ ਦਿਖਾ ਦੀ ਕਿੱਥੇ, ਨਹੀਂ ਮੈਂ ਤਾਂ ਘਰੋਂ ਜਿੱਦਾਂ ਪਹੁੰਚੀ ਆ ਸਪਤਾਹ ਤੱਕ, ਮੇਰਾ ਤਾਂ ਰਸਤਾ ਹੀ ਨਹੀਂ ਸੀ ਮੁੱਕਣ ਦਿਆ। ਉਹਨੇ ਜਦੋਂ ਇੰਝ ਕੀਤਾ, ਉਹਨੇ ਕਿਹਾ ਆਹ ਦੇਖ, ਤੈਨੂੰ ਦੇਖ ਕੇ ਕਹਿੰਦੀ ਹਾਏ ਨਹੀਂ ਮੈਂ ਸਦਕ ਜਾਵਾਂ। ਪਤਾ ਕੀ, ਮੁਹੱਲੇ 'ਚ ਫੌਤਗੀ ਹੋਈ, ਮੈਂ ਉੱਥੇ ਵੀ ਜਾਣਾ ਵਾਂ, ਇਹਦਾ ਕਰਕੇ ਮੈਨੂੰ 3-4 ਕਿਲੋਮੀਟਰ ਤੋਂ ਬੁਲਾ ਲਿਆ। ਮਰੇ ਤਾਂ ਤੂੰ ਬਸ ਸੁਣਾ ਸੀ, ਠੀਕ ਹੈ ਦੇ ਦਿੰਦੀ ਵੀ ਹੋ ਗਿਆ ਵਾ, ਹੈ ਨਾ? ਐਦਾ ਅੱਛਾ ਰੰਗ ਕਾਲਾ ਅਤੇ ਨਕਸ਼ੇ ਨਾਲ ਸੋਹਣੇ ਲੱਗ ਰਹੇ, ਉਹ ਅਟ੍ਰੈਕਸ਼ਨ ਹੈ। ਨਾਂ ਕਿਆ ਆਪਕਾ? ਸ਼ਰੂਨ। ਕਿੱਥੋਂ ਸ਼ਰੂਨ ਅਤੇ ਕਿੱਥੇ ਖਤਮ, ਮਰੇ ਸ਼ਰੂਨ ਕਿੱਥੇ? ਅੱਛਾ ਸ਼ਰੂਨ ਦਾ ਮਤਲਬ ਕੀ ਆ ਇਹ ਮਤਲਬ? ਅੱਛਾ ਯਾਨੀ ਤੈਨੂੰ ਬੁਲਾਉਣਾ ਹੋਵੇ ਤਾਂ ਲੋਕ ਕਹਿੰਦੇ ਨੇ ਕਿੱਥੇ ਹੈ, ਹੈਂ? ਨਾ ਸ਼ਰੂਨ ਉਂਝ ਲਾੜ ਨਾ ਘਰ ਨੂੰ ਬਤਾਉਂ ਬਤਾਉਂ ਕਹਿੰਦੇ। ਲੈ ਜੀ ਲਓ ਜੀ ਇਹ ਗੱਲ ਆ, ਉਹ ਰੋਬਨ ਨੂੰ ਕੁਛ ਨਹੀਂ ਕਹਿਣਾ, ਓਏ ਓਏ ਰੋਬਨ ਬਾਈ, ਰੋਬਨ ਤੁਹਾਡੀ ਸਿਹਤ ਵੇਖ ਕੇ ਇੰਝ ਲੱਗਦਾ ਗੰਡੇਰੀਆਂ ਕੱਟਣ ਵਾਲਾ ਪਲਾਸ ਹੁੰਦਾ। ਪਲਾਸ ਨਹੀਂ ਹੁੰਦਾ ਉਹ, ਇੰਝ ਕਰਕੇ ਉਹ ਆ ਮੁੱਛਾਂ ਵਰਗਾ ਹੁੰਦਾ ਇੰਝ ਕਰਕੇ। ਆਹੋ ਲਓ ਜੀ। ਅੱਛਾ ਭੈਣ ਤੁਹਾਡਾ ਕੀ ਨਾਮ? ਹਨਾਨ। ਹਨੀ। ਹਨੀ ਮੁਹੱਲੇ 'ਚ ਹਨੀ ਕਹਿੰਦੇ। ਅੱਛਾ ਮੁਹੱਲੇ 'ਚ ਹਨੀ ਕਹਿੰਦੇ? ਹਾਂਜੀ। ਹਨੀ ਸ਼ਹਿਦ ਨੂੰ ਕਹਿੰਦੇ? ਹਾਂਜੀ। ਅੱਛਾ ਤੁਸੀਂ ਉਹ ਸ਼ਹਿਦ ਵਾਲਾ ਕਹਿੰਦੇ ਯਾਰ, ਸ਼ਹਿਦ ਹੀ ਆ ਸ਼ਹਿਦ? ਨਹੀਂ ਨਹੀਂ ਇਹ ਦੂਜਾ ਸ਼ਹਿਦ ਨਹੀਂ ਹੈਗਾ। ਹਾਂਜੀ ਇਹ ਉਹ ਭੁਲੇਖੇ ਵਾਲਾ ਸ਼ਹਿਦ, ਛੋਟੀ ਮੱਖੀ ਦਾ ਸ਼ਹਿਦ ਹੈ, ਛੋਟੀ ਮੱਖੀ ਦਾ ਯਾਰ। ਅੱਛਾ ਹਾਂ ਕੋਈ ਕੋਈ ਗੱਲ, ਇੱਧਰ ਤਾਂ ਵੇਖ, ਜੇ ਤੈਨੂੰ ਅੱਲਾ ਇੱਦਾਂ ਦੇ 10 ਪੁੱਤਰ ਦੇਵੇ, ਇੱਕ ਵੀ ਨਹੀਂ ਕਬੂਲ ਹੈ? ਜੇ ਤੈਨੂੰ ਅੱਲਾ ਇੱਦਾਂ ਦੇ 10 ਪੁੱਤਰ ਦੇਵੇ, ਤਿੰਨਾਂ ਵੰਡ ਦਾਂਗਾ। ਇੱਕ ਵਾਰੀ ਭਾਈ ਰੋਬਨ ਨੇ ਹੁਣ ਵੀ ਵਾਸ਼ਰੂਮ 'ਚ ਬਹਿ ਕੇ ਪਾਨ ਖਾਂਦੇ, ਮੈਂ ਬੋਣੀ ਆਉਂਦੀ ਕਹਿੰਦਾ ਖੁਸ਼ਬੋ ਵਾਲਾ ਲਵਾਇਆ। ਓਏ ਅੱਜ ਜਿਹੜਾ ਪ੍ਰੋਗਰਾਮ ਚੱਲ ਰਿਹਾ ਨਾ ਐਸ ਐਮ ਟੀ ਵੀ 'ਤੇ, ਇਹ ਹਫ਼ਤੇ ਨੂੰ ਚੱਲ ਰਿਹਾ 11 ਵਜੇ, ਅਤੇ ਜਿਹੜੇ ਤੇਰੇ ਵਾਲਦਨ ਨੇ ਨਾ, ਮੈਂ ਉਹਨਾਂ ਨੂੰ ਕਹਿ ਰਿਹਾ ਕਿ ਇਹਦੀ ਟੈਨਸ਼ਨ ਨਹੀਂ ਲੈਣੀ, ਅਸੀਂ ਇਹਨਾਂ ਸਿਰਫ ਮਜ਼ਾਕ ਕਰ ਰਹੇ ਹਾਂ, ਬੜਾ ਪਿਆਰਾ ਬੱਚਾ, ਇਹਦੀ ਸਮਾਈਲ ਬਹੁਤ ਅੱਛੀ ਹੈ, ਤੁਸੀਂ ਦਿਲ 'ਤੇ ਹੈਂ ਇਹਨੂੰ ਘਰੋਂ ਬਾਹਰ ਕੱਢ ਦਿਉ। ਪਹਿਲੇ ਪੁੱਛ ਤਾਂ ਲਾ ਕਿੰਨੇ ਇੱਦਾਂ ਦੇ ਭਰਾ ਨੇ, ਇੱਕ ਨੂੰ ਕੱਢ ਕੇ ਬਾਕੀਆਂ ਦਾ ਕਰਨਗੇ? ਚਾਰ ਪਾ ਲੈਣਗੇ, ਚਾਰ ਇੱਕ ਜਗ੍ਹਾ ਪਾ ਲੈਣਗੇ, ਚਾਰ ਇੱਕ ਜਗ੍ਹਾ ਪਾ ਲੈਣਗੇ, ਠੀਕ ਆ। ਹਾਂਜੀ ਕੋਈ ਤੁਹਾਨੂੰ ਜੁਗਤ ਆਉਂਦੀ ਇਹਨਾਂ ਘਰ ਚੋਰ ਆ ਗਏ ਇੱਦਾਂ ਦੀ ਕੋਈ? ਹਾਂਜੀ ਇਹਨਾਂ ਘਰ ਚੋਰ ਆ ਗਏ, ਵੇਟ ਵੇ ਰਹੇ ਮੁੰਡੇ ਦਾ ਬਦਲ ਕਿੰਨਾ ਵੇ, ਹਾਂ ਇਹਨਾਂ ਘਰ ਚੋਰ ਆ ਗਏ, 32 ਬਾਂਸੀ, ਇਹਨਾਂ ਚੋਰ ਫੜ ਗਏ ਉੱਤੇ ਬਹਿ ਗਏ ਚੋਰ ਦੇ, ਚੋਰ ਨੂੰ ਫੜ ਕੇ ਰਹੇ ਕਿਸੇ ਜੁੱਤੀ ਨਹੀਂ ਲੱਭਣ ਦੀ, ਪੁਲਿਸ ਨੂੰ ਲੈਣ, ਹੁਣ ਸਾਰੇ ਇੱਧਰ ਜੁੱਤੀ ਲੱਭਣ ਨੇ, 32 ਬੰਦ ਹੋ ਗਈ, ਚੋਰ ਤੇਰਾ ਫੁੱਲ ਬਦਨ, ਚੋਰ ਥੋੜ੍ਹੇ ਜਾਨ ਨਿਕਲਣ ਵਾਲੀ ਹੋਈ, ਚੋਰ ਥੋੜ੍ਹਾ ਕਹਿੰਦਾ ਕਹਿੰਦਾ ਅੰਮੀ ਜੁੱਤੀ ਨਹੀਂ ਲੱਭਣ ਦੀ, ਪੁਲਿਸ ਇਹ ਕਹਿੰਦਾ ਕਹਿੰਦਾ ਅੰਮੀ ਜੁੱਤੀ ਨਹੀਂ ਲੱਭਣ ਦੀ, ਉਹ ਥੋੜ੍ਹਾ ਕਹਿੰਦਾ ਮੇਰੀ ਪਾ ਜਾ ਜਾਨ ਛੱਡ ਮੇਰੀ, ਹੈ ਨਾ? ਟੈਨਸ਼ਨ ਨਹੀਂ ਲੈਣੀ, ਖੂਬਸੂਰਤ ਲੱਗ ਰਿਹਾ ਨਾ, ਕਸ਼ਿਸ਼ ਆ, ਰੰਗ ਭਾਵੇਂ ਕਾਲਾ ਵਾ ਲੇਕਿਨ ਨਕਸ਼ ਨੈਣ ਵੀ ਕੱਖ ਨਹੀਂ, ਸਮਝ ਆ ਰਹੀ ਹੈ? ਤੂੰ ਸਿਰਫ ਰੰਗ ਨਹੀਂ ਦੇਖਣਾ, ਦੇਖ ਤੂੰ ਬਾਕੀ ਸੋਹਣਾ ਵੀ ਵੇਖ, ਬਿਲਕੁਲ ਨਹੀਂ। ਰਿਸ਼ਤਿਆਂ ਦਾ ਵੱਟਾ ਸੱਟਾ ਹੁੰਦਾ, ਮਰੇ ਤੂੰ ਚੋਰਾਂ ਦਾ ਵੱਟਾ ਸੱਟਾ ਕਰਨ ਡਿਆ, ਉਹਨੇ ਤੇਰੇ ਵਾਲੇ ਭੇਜੇ, ਤੂੰ ਨਾਲ ਭੇਜੀ ਜਾ ਰਿਹਾ। ਅੱਛਾ ਇਹਨਾਂ ਘਰ ਚੋਰ ਆ ਗਏ? ਇਹਨਾਂ ਘਰ ਚੋਰ ਆ ਗਏ, ਚੋਰ ਨੇ ਪੁੱਛਿਆ ਸੋਨਾ ਕਿੱਥੇ, ਕਹਿੰਦਾ ਬੈੱਡ ਤੇ। ਯਾਰ ਜੋ ਪੈਣਾ ਕਾਫੀ ਦੇਰ ਹੋ ਗਈ। ਹਾਂਜੀ ਪਿੰਡਾਂ ਥਾਵਾਂ ਤੈਨੂੰ ਮੈਂ ਫੁੱਲ ਹਾਈਲਾਈਟ ਕਰ ਰਿਹਾ, ਤੈਨੂੰ ਨਹੀਂ ਪਤਾ ਤੈਨੂੰ ਕਿੰਨੀ ਕਿੰਨੀ ਤੈਨੂੰ ਤੇਰੀ ਤਾਰੀਫ ਹੋਣੀ ਹੈ, ਤੇਰਾ ਸਟਾਈਲ ਹੀ ਐਸਾ, ਤੂੰ ਫਿੱਕੀ ਵੀ ਗੱਲ ਕਰਦੇ ਬੱਜੇਗੀ। ਪਿੰਡਾਂ ਥਾਵਾਂ 'ਚ ਜਾਈਏ ਨਾ ਤੇ ਸਪਰਿੰਗਾਂ ਵਾਲੇ ਬੂਹੇ ਕੋਲ ਇੰਝ ਦੇ ਗੀਟੇ ਰੱਖੇ ਹੁੰਦੇ। ਉਹ ਮੇਰੇ ਮੌਲਾ। ਹਾਂਜੀ
ਛੱਡੀ ਛੱਡੀ ਫੋੜਾ ਛੱਡਦਾ ਫੋੜਾ ਉਹਨੇ ਕਿਹਾ ਅੱਛਾ ਜੀ ਤੇ ਨਿਕਲ ਗਿਆ ਲੋ ਜੀ ਨਾਜ਼ਰੀਨ ਇਹਨੇ ਮੈਨੂੰ ਜੁਗਤ ਮਾਰੀ ਇਹਨੇ ਕਿਹਾ ਜੀ ਥੱਥੀ ਲੇਲੀ ਹੁੰਦੀ ਹੈ ਪਰ ਇੱਕ ਚੀਜ਼ ਬੱਕਰੀ ਕਰ ਰਹੀ ਹੈ ਵੀ ਬੈ ਉਹ ਥੱਥੀ ਹੋ ਕੇ ਕੀ ਕਰੂਗੀ ਇਹੀ ਕਰੂਗੀ ਉਹ ਜੁਗਤ ਟੈਕਨੀਕਲ ਨਹੀਂ ਹੈਗੀ ਮਰੇ ਤੂੰ ਕਹਿ ਵੀ ਬਈ ਥੱਥਾ ਬੈਂਕ ਕੈਸ਼ੀਅਰ ਹੁੰਦਾ ਜੀ ਭਾਜੀ ਤਿੰਨੇ ਦਮਾਂ ਤਲਾਉਣੇ ਆ ਤੇ ਮਜ਼ਾ ਵੀ ਆਵੇ ਗੱਲ ਉਹ ਬੰਦਾ ਥੱਥਾ ਕਰ ਵੀ ਤੂੰ ਇੰਨਾ ਬੈਂਕ ਦਾ ਮੈਨੇਜਰ ਥੱਥਾ ਹੁੰਦਾ ਵੀ ਉਹਦੀ 6.5 ਲੱਖ ਤਨਖਾਹ ਵਾ ਅੰਦਰ ਬੈਠਾ ਚੈੱਕ ਕਰ ਰਿਹਾ ਲੋਕਾਂ ਲੈਨ ਬਣਾਓ ਹੱਥ ਤੇ ਹੋਤੇ ਆਓ ਨਹੀਂ ਤਾਂ ਮੈਂ ਨਹੀਂ ਇੱਦਾਂ ਦਮ ਦਿੰਦਾ ਪਰ ਥੱਥੀ ਲੇਲੀ ਹੁੰਦੀ ਉਹ ਪਹਿਲੇ ਵੀ ਬੈ ਕਰਦੀ ਥੱਥੀ ਹੋ ਕੇ ਵੀ ਬੈ ਕਰੂਗੀ ਤੂੰ ਥੱਥੀ ਤੋਂ ਥੱਥੀ ਕਰ ਦਿੱਤੀ ਹੈ ਨਾ ਓਏ ਤੂੰ ਇੰਜਾ ਬਿੱਲੀ ਦੇ ਖਲੋ ਕੇ ਕੇਲ ਠੋਕਿਆ ਹੁੰਦਾ ਆਹੋ ਤੇ ਮੈਂ ਫਿਰ ਤੁਹਾਨੂੰ ਕਰ ਦੇਣਾ ਚੂਹੇ ਤੇ ਖਲੋ ਕੇ ਕੇਲ ਠੋਕੇ ਦੱਸ ਆਹ ਤੇ ਹੁਣ ਉਹੀ ਹੈ ਨਾ ਨਕਲੀ ਆ ਲੱਗਾ ਮੈਨੂੰ ਅੱਛਾ ਹਾਂਜੀ ਇਹੋ ਜਿਹੇ ਬੱਸ ਮਗਰ ਦੌੜਦੇ ਨੇ ਯਾਰ ਐਕਸੈਂਟ ਹੀ ਬਹੁਤ ਮਜ਼ੇਦਾਰ ਆ ਤੂੰ ਮੈਨੂੰ ਆਪਣਾ ਮੋਬਾਈਲ ਹੈਗਾ ਤੇਰੇ ਕੋਲ ਨਹੀਂ ਤੁਸੀਂ ਲੈ ਕੇ ਦੇਣਾ ਜਨਾਬ ਕੁੱਤਾ ਮਰਿਆ ਹੁੰਦਾ ਕੁੱਤੇ ਦੇ ਕੋਲ ਜਾ ਕਹਿੰਦਾ ਇੰਨੀ ਬਹੁਤ ਕੁੱਤਾ ਉੱਠ ਕੇ ਕਹਿੰਦਾ ਤੇਰੀ ਬਹੁ ਨਾ ਮੈਂ ਮਰਿਆ ਆ ਵੇਖਿਆ ਨਾ ਉਹਨੇ ਜੁਗਤ ਮਾਰੀ ਲੇਕਿਨ ਕਿੱਡੀ ਉਹਨੇ ਸਨਾਤੀ ਰਾਮ ਨਾਲ ਜਿਵੇਂ ਬੰਦਾ ਨੀ ਕਹਿੰਦਾ ਯਾਰ ਦੋ ਨਾਲ ਲੈ ਤੀਆਂ ਦੇ ਚਨੇ ਲੈ ਦੇ ਇੱਕ ਨਾਨ ਵੱਧ ਲੈ ਸ਼ਾਇਦ ਹੋਰ ਵੀ ਖਾ ਲਵੇ ਮਰੇ ਇਦਾਂ ਤੂੰ ਜੁਗਤ ਮਾਰਨ ਆਪ ਲੈਣਾ ਆਹੋ ਆਹੋ ਫਿਰ ਇੱਕ ਵਾਰੀ ਕੁੱਤਾ ਬੱਸ ਥੱਲੇ ਲੰਮੇ ਪਿਆ ਹੁੰਦਾ ਲੱਤ ਖਿੱਚ ਕੇ ਕਹਿੰਦਾ ਬੱਸ ਘਰ ਏਡਾ ਮਕੈਨਿਕ ਰਹਿੰਦਾ ਨੇ ਸਾਫ਼ ਲੱਗ ਰਿਹਾ ਨੇ ਯਾਦ ਕੀਤੀਆਂ ਨੇ ਹਨਾ ਹਾਂਜੀ ਭਾਈ ਅੱਛਾ ਭਾਈ ਮੈਨੂੰ ਦੱਸੋ ਇਹ ਮਾਈਕ ਫੜੋ ਜ਼ਰਾ ਮੈਂ ਤੁਹਾਨੂੰ ਗੱਲ ਪੁੱਛਣੀ ਸੀ ਕਰੀਮ ਲਗਾਈ ਹੋਈ ਹਲਕੀ ਹਲਕੀ ਅੱਛਾ ਤੁਸੀਂ ਹਾਲੇ ਕਰੀਮ ਵੀ ਲਾਈ ਆ ਪਤਾ ਕਿ ਤੁਹਾਨੂੰ ਕਿਸੇ ਕਰੀਮ ਨਾਲ ਫਰਕ ਨਹੀਂ ਪੈਣਾ ਤੁਹਾਨੂੰ ਸਿਰਫ ਮੌਲਾ ਕਰੀਮ ਇਸ ਤਰ੍ਹਾਂ ਹੀ ਕਸਮ ਹੈ ਬਈ ਇਸ ਤਰ੍ਹਾਂ ਹੀ ਦੁਨਿਆਵੀ ਕਿਸੇ ਕਰੀਮ ਨਾਲ ਫਰਕ ਨਹੀਂ ਪੈਣਾ ਇਹਨਾਂ ਦਾ ਦਾਦਾ ਮਰਿਆ ਹਾਂਜੀ ਮੇਰਾ ਦਾਦਾ ਮਰ ਗਿਆ ਜੀ ਠੀਕ ਪੁੱਛਿਆ ਕਿੰਨੇ ਵਜੇ ਦਫਨਾਉਣਾ ਹੈ ਕਹਿੰਦੇ 7 ਵਜੇ ਦਫਨਾ ਦਿਓ ਕਹਿੰਦੇ ਕਿਉਂ ਕਹਿੰਦੇ 8 ਵਜੇ ਮੇਰੇ ਪਾਸ ਤੁਮ ਹੋ ਡਰਾਮਾ ਲੱਗਣਾ ਇਹਨੂੰ ਇਹਦੀ ਅੰਮੀ ਨੇ ਸੁੱਤੇ ਪੈ ਨੂੰ ਉਠਾਇਆ ਮਰ ਜੇ ਉੱਠ ਪਿਆ ਸਕੂਲ ਦਾ ਟਾਈਮ ਹੋ ਗਏ ਅੰਮੀ ਐਵੀਂ ਠਾ ਦਿੱਤੇ ਹਾਲੇ ਮੈਂ ਪੈਸੇ ਵਾਲਾ ਬਰੀਕੇ ਚ ਫੜੇ ਸੀ ਖਾ ਵਿੱਚ ਕਹਿੰਦਾ ਬਈ ਅੰਮੀ ਐਵੀਂ ਠਾਤਾ ਹੀ ਹਾਲੇ ਮੈਂ ਲਾੜੇ ਦੇ ਉੱਤੋਂ ਵੇਲ ਨੂੰ ਇੰਜ ਹੱਥ ਹੀ ਪਾਇਆ ਸੀ ਤੇ ਤੂੰ ਠਾਤਾ ਹੈਨਾ ਹਾਂ ਹੋਰ ਕੋਈ ਹੋਰ ਕੋਈ ਮੇਰਾ ਜੀ ਤੈਨੂੰ ਲੱਗੇ ਕਿ ਮਰ ਗਿਆ ਹੈ ਓਏ ਓਏ ਕਾਂਜੀ 'ਚ ਪੈਂਚਰ ਚੈੱਕ ਕੀਤਾ ਹੁੰਦਾ ਜੀ ਬਾਕੀ ਤੁਹਾਡਾ ਵੀ ਮੂੰਹ ਐਂ ਲਾ ਦੇ ਵੀ ਇਸਤਰੀ ਹੈ ਓਏ ਤੂੰ ਇੰਜ ਇਸਤਰੀ ਨਾਲ ਪਲਸਤਰ ਕੀਤਾ ਹੁੰਦਾ ਹਾਂ ਭਾਈ ਇੱਕ ਵਾਰੀ ਜਲੇਬੀਆਂ ਦੀ ਦੁਕਾਨ ਇਸਤਰੀ ਲੈ ਕੇ ਭਾਈ ਨੂੰ ਕਹਿੰਦਾ ਪਾਈਆ ਜਲੇਬੀਆਂ ਕੱਢ ਮੈਂ ਅੱਜ ਵੱਟ ਕੱਢਣੇ ਜਲੇਬੀਆਂ 100 ਰੁਪਿਆ ਦੇ ਕੇ ਤੇ ਕਮੀਜ਼ ਲਾ ਕੇ ਕਹਿੰਦਾ ਲੱਕ ਤੇ ਟੈਟੂ ਬਣਾ ਦੋ ਇਹਦਾ ਵੀ ਚਾਚਾ ਫੌਤ ਹੋ ਗਿਆ ਦਫਨਾਏ ਤੇ ਬਰਫ ਵਾਲਾ ਬਲਾਕ ਹਾਲੇ ਉਂਜੀ ਪਿਆ ਕਹਿੰਦਾ ਇਹਨੂੰ ਵੀ ਸੁੱਟ ਦੋ ਕੇ ਤੇ ਬਾਅਦ ਚ ਪਾਨੀ ਫਲ ਆਣੇ ਨੇ
ਨਾਰਾਇਣ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਹਾਂ ਅਤੇ ਮੈਂ ਤੁਹਾਨੂੰ ਕੁਝ ਸੁਰੀਲੇ ਲੋਕਾਂ ਦੇ ਨਾਲ ਬੁਲਾਉਣਾ ਬ੍ਰੇਕ ਤੋਂ ਕਿਉਂਕਿ ਬੜੇ ਸੁਰੀਲੇ ਲੋਕ ਧਰਤੀ ਹੈ ਅਤੇ ਮੈਂ ਤੁਹਾਨੂੰ ਬੁਲਾਉਣਾ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਵੈਲਕਮ ਬੈਕ ਨਾਰਾਇਣ ਪ੍ਰੋਗਰਾਮ 'ਚ ਦੁਬਾਰਾ ਖੁਸ਼ ਆਮਦੀਦ ਸਾਡੇ ਸਾਰੇ ਭਾਈ ਮਾਸ਼ਾਅੱਲਾ ਇਹ ਗਿਟਾਰਿਸਟ ਸਾਡੇ ਤੁਹਾਡਾ ਨਾਂ ਕੀ ਸਰ ਜ਼ੀਸ਼ਾਨ ਜ਼ੀਸ਼ਾਨ ਭਾਈ ਸਰ ਤੁਹਾਡਾ ਨੀਰਜ ਨੀਰਜ ਇਹ ਸਿੰਗਰ ਨੇ ਇਹ ਗਿਟਾਰਿਸਟ ਨੇ ਤੁਸੀਂ ਤੁਹਾਡਾ ਕੋਲ ਬੈਂਡ ਵੀ ਹੈ ਕੋਈ ਦੁਨੀਆ ਉੱਤੇ ਰੱਖ ਫਕੀਰ ਐਸਾ ਬੈਂਡ ਖਲੋਣ ਬੈਂਡ ਤਾਂ ਨਹੀਂ ਹੈ ਚਰਚ ਕੁਆਇਰ ਹੈ ਕੁਆਇਰ ਹੈ ਨਹੀਂ ਨਹੀਂ ਇੱਕ ਜੈਸੇ ਸੇਂਟ ਡੋਮਨਿਕ ਕੁਆਇਰ ਓਕੇ ਓਕੇ ਠੀਕ ਹੋ ਗਿਆ ਸਰ ਤੁਹਾਡਾ ਨਾਮ ਕੀ ਸਮੀਰ ਸਮੀਰ ਜੀ ਓਕੇ ਅੱਜ ਕੱਲ੍ਹ ਵੈਸੇ ਹੀ ਸਮੀਰ ਮਰੇ ਲੋਕਾਂ ਦੇ ਹੈਨਾ ਕੀ ਗੱਲ ਚੱਲਾਂ ਓਏ ਯਾਰ ਇਹੋ ਜਿਹੇ ਕਰੂ ਬੰਦੇ ਹੁੰਦੇ ਨੇ ਦਿਲ ਕਰੇ ਇੱਕਦਮ ਐਂ ਛੂ ਕਰੇ ਅਤੇ ਇਕੱਲੇ ਕੱਪੜੇ ਰਹਿ ਜਾਣ ਆਪ ਵਿੱਚੋਂ ਗੈਪ ਹੋ ਜਾਵੇ ਭਾਈ ਇਹ ਪਹੁੰਚੀਆਂ ਚੀਜ਼ਾਂ ਹੁੰਦੀਆਂ ਨੇ ਇੱਦਾਂ ਦੀਆਂ ਤੁਹਾਨੂੰ ਨਹੀਂ ਪਤਾ ਇਹਨਾਂ ਦਾ ਹਾਂਜੀ ਨਹੀਂ ਤੁਸੀਂ ਇਹਨੂੰ ਬੁਰਸ਼ ਕਰਾਉਣ ਲੱਗੇ ਥੋੜ੍ਹਾ ਥੱਲੇ ਕਰ ਲਓ ਭੈਣ ਅੱਛਾ ਭੈਣ ਤੁਸੀਂ ਇਹਨੂੰ ਕੋਈ ਜੁਗਤ ਮਾਰੋ ਇਹਨੂੰ 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 ਇਹ ਦੇਖੋ ਇਹਨੂੰ ਹਾਂ ਇਹ ਥੋੜ੍ਹਾ ਜਿਹਾ ਹੋਰ ਸੋਹਣਾ ਹੁੰਦਾ ਨਾ ਯਕੀਨ ਕਰੋ ਇਹਨੇ ਇਸ ਤੋਂ ਵੀ ਬੁਰਾ ਲੱਗਣਾ ਸੀ ਇਹ ਸਾਰੀ ਫੈਮਿਲੀ ਨਾਲ ਕਾਲੀ ਸੀ ਅੱਛਾ ਇਹਨਾਂ ਘਰ ਚੋਰ ਆ ਗਏ ਅੱਛਾ ਉਹਨਾਂ ਨੂੰ ਕੁਛ ਨਹੀਂ ਲੱਭਿਆ ਕਰੀਮਾਂ ਲੈ ਕੇ ਚਲ ਗਏ ਯਾਰ ਬੱਚੇ ਨੇ ਖੁਸ਼ ਹੋਇਆ ਕਰ ਕਸਮੇ ਬਈ ਕੁਛ ਨਹੀਂ ਹੁੰਦਾ ਹਾਂਜੀ ਅੱਛਾ ਹੋਰ ਭਾਈ ਦਾ ਮੂੰਹ ਵੇਖ ਲਓ ਪਹਾੜੀ ਦੇ ਕੇਲੇ ਲਾਏ ਸੇਫਟੀ ਨਾਲ ਆਲੂ ਛਿੱਲੇ ਹੈ ਇਹਦੀ ਜਿਹੜੀ ਆਖਰੀ ਖਵਾਇਸ਼ ਸੀ ਉਹ ਵੀ ਪੂਰੀ ਕਰ ਲੈ ਮੇਰੀ ਆਖਰੀ ਖਵਾਇਸ਼ ਆਈ ਹੈ ਕਿ ਟਿੰਡ ਕਰਾ ਲਾ ਉਹ ਤਾਂ ਤੂੰ ਹਰਕਤ ਕਰੇਗਾ ਤੇ ਮਹੱਲੇ ਲਿਆਪੀ ਕਰ ਦੇਣਗੇ ਹੈਨਾ ਬੇਸ਼ੱਕ ਭਾਈ ਦਾ ਮੂੰਹ ਵੇਖ ਲਓ ਪੈਂਦਾ ਤੇ ਕਬਾਬ ਲਾਏ ਓਏ ਆਹੋ ਪੈਂਦਾ ਉਦਾਂ ਦੀਆਂ ਹਾਂਜੀ ਬੇਟੇ ਤੇਰਾ ਮੈਂ ਬੂਟ ਨਾ ਪੜਦਾ ਪਰੇ ਕੀਤਾ ਭਾਈ ਦਾ ਮੂੰਹ ਵੇਖ ਲਓ ਤੀਲੇ ਨਾਲ ਦੇਖ ਚੁੱਕੀ ਤੀਲੇ ਨਾ ਓਕੇ ਅਲਾਦੀਨ ਦੇ ਚਿਰਾਗ ਨਾਲ ਠੀਡਾ ਲੱਗਾ ਤੇ ਡਿੱਗ ਪਿਆ ਅੱਛਾ ਤੇ ਜਿੰਜ ਨਿਕਲ ਕਹਿੰਦਾ ਹੁਕਮ ਮੇਰੇ ਆਕਾ ਕਹਿੰਦਾ ਮੈਂ ਮਾਜਾ ਬਚਾਨਾ ਤੇ ਤੁਸੀਂ ਵੇਲਾ ਕਰਾਓ ਵਾਹ 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 ਇਹੋ ਜਿਹੇ ਨਾ ਬਾਡੀ ਬਿਲਡਰ ਆਪਣੇ ਆਪ ਨੂੰ ਫਿੱਟ ਵਹਾਉਣ ਵਾਸਤੇ ਤੇ ਲੰਗੜੀ ਮਾਈ ਬਰਾਤ ਅੱਗੇ ਚੁੱਕ ਕੇ ਦੌੜੀ ਦੌੜੀ ਜਾਣਗੇ ਵੀ ਮੈਂ ਬਹੁਤ ਬਹਾਦਰ ਹਾਂ ਆਹੋ ਭਾਈ ਦਾ ਮੂੰਹ ਵੇਲੇ ਚੁਨੁਕਰੀ ਖਬਰ ਹੁੰਦੀ ਚੁਨੁਕਰੀ ਓਕੇ ਬਈ ਦਹੀਂ ਲੈਣ ਗਏ ਵੇ ਤੇ ਦੁਕਾਨ ਵਾਲੇ ਨੂੰ ਕਹਿੰਦੇ ਭਾਈ ਜੀ ਡਬਲ ਛਾਪਰ ਕਰ ਦਿਓ ਭਾਈ ਕਹਿੰਦਾ ਡਬਲ ਛਾਪਰ ਕਿਉਂ ਕਹਿੰਦੇ ਮੈਂ ਘੁਮਾਉਂਦੇ ਆ ਲੈ ਕੇ ਜਾਣਾ ਹਾਂ ਬਈ ਬੇਟੇ ਤੇਰਾ ਮੂੰਹ ਹੈ ਦਸਤਾਨੇ ਪਾ ਕੇ ਪਰੌਂਠਾ ਖਾਦਾ ਹਾਂਜੀ ਭਾਈ ਨੂੰ ਰਾਣੀ ਹੋਟਲ ਪਾਇਆ ਅੱਛਾ ਤੇ ਪੰਜੇ ਲਾ ਲਏ ਅੱਛਾ ਸਾਰੀ ਦਿਹਾੜੀ ਵੀ ਕਿਤੇ ਜਿਹਨਾਂ ਨੇ ਘਰ ਲਿਆ ਕੇ ਦੇ ਚੁੱਕਾ ਤੇ ਗੁੱਸੇ ਨਾਲ ਪੰਜਿਆਂ ਦੇ ਕੜਾਕੇ ਕੱਢੀ ਜਾਏ ਇਹ ਭਾਈ ਦਾ ਮੂੰਹ ਵੇਖ ਲਓ ਬਨੇਰੇ ਤੇ ਸੇਵੀਆਂ ਫੁੱਲੀਆਂ ਹਾਂ 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 ਹਾਂਜੀ ਤੁਹਾਡਾ ਮੂੰਹ ਹੈ ਜਿਵੇਂ ਇੱਕ ਅੱਛਾ ਕਿੱਡੀ ਇੱਜ਼ਤ ਨਾਲ ਜੁਗਤ ਮਾਰਿਆ ਆਪਣਾ ਭਾਈ ਤੁਹਾਡਾ ਵਾਹ ਕੀ ਇੱਜ਼ਤ ਕਰ ਰਹੇ ਜੀ ਬੇਟੇ ਤੇਰਾ ਮੂੰਹ ਹੈ ਸੱਪ ਨਾਲ ਚੈਪ ਖੋਲਿਆ ਵਾਹ 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 ਇੱਕੋ ਚਾਹ ਨਾਲ 250 ਬਿਸਕੁਟ ਖਾਧਾ ਹੈ ਹਾਏ ਭਾਈ ਤੁਹਾਡਾ ਮੂੰਹ ਹੈ ਜਿਵੇਂ ਨਾਨ ਵਾਲਾ ਡੱਬਾ ਹੁੰਦਾ ਵਾਹ ਕੀ ਤੂੰ ਆਪਣਾ ਆਪਣੀ ਵਾਰੀ ਦਿੱਤੀ ਹੈ ਕਿੱਡੇ ਸਕੂਨ ਹੈ ਹਾਂਜੀ ਭਾਈ ਦਾ ਮੂੰਹ ਵੇਖ ਕੰਧ ਤੇ ਮਾਰਨ ਵਾਲਾ ਵੈਪਰ ਹੁੰਦਾ ਓਕੇ ਬਈ ਤੇਰਾ ਮੂੰਹ ਹੈ ਸਟਿੱਕ ਨਾਲ ਕੁੰਡ ਚੁੱਕੇ ਓ ਯਾਰ ਕਿਆ ਬਾਤ ਆ ਓਏ ਤੂੰ ਇੰਜਾ ਮੈਨੂੰ ਮੈਂ ਇਹਦਾ ਫਾਰਮੈਟ ਸਮਝ ਗਿਆ ਓਏ ਤੂੰ ਇੰਜਾ ਪਲਾਸ ਨਾ ਫੜ ਕੇ ਮੁੰਦਰੀ ਪਾਈ ਹੁੰਦੀ ਹੈ ਓਏ ਇੱਦਾਂ ਦਾ ਫਾਰਮੈਟ ਆ ਉਹਦਾ ਇਹ ਵਾਲੇ ਭਾਈ ਨੇ ਨਾ ਖੋਤਾ ਰੇੜੀ ਲੈ ਲਈ ਤਾਂ ਬੜਾ ਪਰੇਸ਼ਾਨ ਬੈਠਾ ਮੈਂ ਕਿਹਾ ਕੀ ਹੋਇਆ ਜੀ ਕਹਿੰਦਾ ਕੁਝ ਨਹੀਂ ਯਾਰ ਇਹਦੀ ਕੇਕ ਹੀ ਨਹੀਂ ਲੱਭਦੀ ਪਈ ਹਾਂ ਇੱਕ ਮੈਂ ਤਿੰਨ ਗਿਣਨੇ ਇੱਕ ਦੋ ਕੋ ਜੁਗਤ ਇਹ ਕੋਈ ਸ਼ਾਇਦ
ਨਹੀਂ ਤੂੰ ਨਾਰਮਲ ਵੀ ਆਏ ਰਹਿਣਾ ਆ ਵੇਖੋ ਨਾ ਇਹ ਹੈ ਨਾ ਇਹ ਭਾਈ ਦਾ ਮੂੰਹ ਵੇਲੋ ਤਿੰਨ ਸੈਂਤੀ ਦੇ ਪੈਂਪਰ ਖਾਧਾ ਤਿੰਨ ਸੈਂਤੀਆਂ ਤੇ ਟਾਈਮ ਦੱਸਿਆ ਨਾਲ ਉਹ ਮਰੇ ਬਾਈ ਤੇਰਾ ਮੂੰਹ ਮੈਂ ਘੜੀਆਂ ਚੈੱਕ ਕਰਨ ਵਾਲਾ ਸ਼ੀਸ਼ਾ ਹੁੰਦਾ ਉਹ ਇੱਥੇ ਬਸਾਇਆ ਹੁੰਦਾ ਉਹ ਉਹ ਬੜਾ ਅਜ਼ਾਬ ਵਾਲਾ ਕੰਮ ਆ ਉਹ ਤੌਬਾ ਬਾਈ ਤੁਹਾਡਾ ਮੂੰਹ ਟੱਕਰ ਮਾਰ ਕੇ ਫਰਿੱਜ ਤੇ ਚਿੱਬ ਪਾਇਆ ਆਹਾ ਹਾ ਤੇਰਾ ਮੂੰਹ ਹੈ ਬੂਹੇ ਦੀ ਕੁੰਡੀ ਹੁੰਦੀ ਕਿਹਦੀ ਬੂਹੇ ਦੀ ਉਹ ਮਰੇ ਮੈਚਾ ਲੈ ਬੂਹੇ ਦੀ ਕੁੰਡੀ ਹੁੰਦੀ ਹੈ ਹੋਰ ਕੁੰਡੀ ਕਿਹਦੀ ਹੁੰਦੀ ਹੈ ਇਹਦੀ ਬੇਗਮ ਇਹਦੀ ਤਲਾਸ਼ੀ ਲੈ ਰਹੀ ਕਹਿੰਦੀ ਕਿੰਨੇ ਪੈਸੇ ਮੈਂ ਤੁਹਾਨੂੰ ਫੜਾਏ ਸੀ ਜੇਬ ਚ ਪਾਏ ਸੀ ਪਤਾ ਨੀ ਕਿੱਥੇ ਗਏ ਨੇ ਜੇਬ ਫੜੀ ਹੈ ਤੇ ਨਜਰਾਬ ਚ ਨਾ ਚਲੇ ਗਏ ਹੋਣ ਉਹ ਕਿੱਥੇ ਹੱਥ ਲਿਜਾ ਉਹ ਮਰੇ ਬਸ ਚਲੋ ਨਿਕਲੋ ਭਾਜੀ ਤੁਹਾਡਾ ਨਾਂ ਕੀ ਹੈ ਮੋਹਸਨ ਅਬਾਸ ਮੋਹਸਨ ਅਬਾਸ ਤੁਸੀਂ ਗਾਉਂਦੇ ਵੀ ਆ ਸਿੰਗਰ ਵੀ ਆ ਹਾਂਜੀ ਤੇ ਤੁਹਾਡੀ ਰਹਿਸ਼ ਵੀ ਇੱਥੇ ਹੀ ਹੈ ਮਾਡਲ ਟਾਊਨ ਆਪਣੀ ਮਾਡਲ ਟਾਊਨ ਅੱਛਾ ਮਾਸ਼ਾਅੱਲਾ ਇਹਨਾਂ ਨੂੰ ਜਾਣਦੇ ਇਹ ਮੇਰੇ ਸਾਥ ਡਾਂਸਰ ਨੇ ਉਹ ਤੁਸੀਂ ਡਾਂਸਰ ਜੇ ਦੀਦਾਰ ਦੇ ਬੈਕ ਡਾਂਸਰ ਨੇ ਨਰਗਤ ਤੂੰ ਕਹਿ ਦੀਦਾਰ ਦੇ ਨਾਲ ਕੰਮ ਕਰਦੇ ਨੇ ਦੀਦਾਰ ਇਹਨਾਂ ਨੇ ਮੈਡਮ ਦੀਦਾਰ ਦਾ ਗਲਤੀ ਨਾਲ ਪਰਸ ਲੁਕਾ ਦਿੱਤਾ ਸੀ ਤੇ ਉਹਨਾਂ ਨੇ ਕੰਮ ਤੋਂ ਕੱਢ ਦਿੱਤਾ ਤੇ ਲੂਮਾਂ ਹੈ ਉਹਦੀਆਂ ਜਨਾਬ ਜੂਆ ਖੇਡ ਰਹੇ ਨੇ ਹੈਂ ਤੇ ਸਾਰੇ ਤੋਂ ਪਹਿਲੇ ਫਟਾਫਟ ਭੱਜ ਕੇ ਡਾਲੇ 'ਚ ਇਕੱਲਾ ਹੀ ਬਹਿ ਗਿਆ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਤਾਂ ਹਾਲੇ ਕੁਝ ਕਿਹਾ ਵੀ ਨਹੀਂ ਤੇ ਤੂੰ ਫਟਾਫਟ ਡਾਲੇ 'ਚ ਬਹਿ ਗਿਆ ਮੈਂ ਪਿਛਲੀ ਵਾਰੀ ਵੀ ਖਲੋ ਕੇ ਗਿਆ ਹਾਂ ਇਹ ਪਤਾ ਕਿ ਜੁਗਨ ਭਾਵੇਂ ਤੁਸੀਂ ਪਹਿਲੇ ਵੀ ਸੁਣੀ ਹੋਵੋ ਲੇਕਿਨ ਇਸ ਅੰਦਾਜ਼ 'ਚ ਤੁਸੀਂ ਪਹਿਲੇ ਵੀ ਸੁਣੀ ਹੈ ਜੁਗਨ ਖਾਨ ਸਾਹਿਬ ਹੋਰਾਂ ਦਾ ਦਾਦਾ ਮਰ ਗਿਆ ਅਤੇ ਹੁਣ ਤਖਤੀ ਬਣਾਉਣ ਦੇ ਪੈਸੇ ਨਹੀਂ ਸੀ ਆ ਅਤੇ ਉਹਦਾ ਪੈਰ ਬਾਹਰ ਕੱਢ ਕੇ ਉਹਦੇ ਨਾਂ ਨੂੰ ਲਹਾਇਆ ਵੇਖੋ ਨਾ ਜੁਗਤ ਮਾਰ ਰਿਹਾ ਜਿਸ ਤਰ੍ਹਾਂ ਨਾ ਕੋਈ ਗੱਲ ਨਹੀਂ ਬੰਦਾ ਕਰ ਰਿਹਾ ਹੁੰਦਾ ਜਿੱਦਾਂ ਜਿੱਦਾਂ ਸਾਡੇ ਅਲੀਜਾਜ਼ ਸਾਹਿਬ ਨੰਨਾ ਸਾਹਿਬ ਸੀ ਸਾਡੇ ਨੰਨਾ ਮੋਟਾ ਕਰੈਕਟਰ ਸੀ ਨਾ ਨੰਨਾ ਮੋਟਾ ਅਲੀਜਾਜ਼ ਅਤੇ ਨੰਨਾ ਮੋਟਾ ਮਨਵਰ ਦੀ ਸਾਰਾ ਨੌਕਰ ਵੋਟੀ ਦਾ ਫਿਲਮ 'ਤੇ ਨਾ ਇੱਥੇ ਡੰਡਾ ਰੱਖਿਆ ਉਹਦੇ ਨਾਲ ਗੱਠਰੀ ਬੰਨੀ ਆ ਅਤੇ ਸਟੂਡੀਓ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਅਤੇ ਸਟੂਡੀਓ ਵਾਲਾ ਅੰਦਰ ਨਹੀਂ ਵੜਨ ਦੇ ਰਿਹਾ ਅਤੇ ਨੰਨਾ ਸਾਹਿਬ ਐਕਟਰ ਦਾ ਹਾਇਰ ਉਸ ਨੰਨਾ ਸਾਹਿਬ ਦੀ ਗੱਡੀ ਆਉਂਦੀ ਆ ਅਤੇ ਮਨਵਦਰੀ ਸਾਹਿਬ ਵੇਖਦੇ ਕੂਏ ਨੰਨਾ ਸਾਹਿਬ ਇਹਨਾਂ ਨੂੰ ਮੈਂ ਕਹਿੰਦਾ ਮੈਨੂੰ ਅੰਦਰ ਲੈ ਜਾਓ ਕਹਿੰਦੇ ਨੰਨਾ ਸਾਹਿਬ ਰੱਬ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ ਹੈ ਤੂੰ ਉਹ ਕੀ ਕਰਿਆ ਤੂੰ ਵਾਪਸ ਲੈਣਾ ਆ ਯਾਰ ਉਸ ਬੰਦੇ ਨੇ ਇੰਨੀ ਗੱਲ ਕਹੀ ਹੈ ਖੁਦਾ ਦੀ ਕਸਮ ਹੈ ਸਿਰਫ ਇੰਨੀ ਨੂੰ ਕਹੀ ਤੂੰ ਵਾਪਸ ਲੈਣਾ ਆ ਉਹ ਮੈਂ ਕਿਹਾ ਵੀ ਸੁਭਾਣ ਅੱਲਾ ਇਹਨੂੰ ਕਹਿੰਦਾ ਡਿਲੀਵਰੀ ਆ ਹੁਣ ਚੁੱਪ ਕਰੇ ਨਾ ਪੈਣਾ ਉਹਨਾਂ ਦੇ ਸੌਣ ਦਾ ਵੀ ਟਾਈਮ ਹੋ ਗਿਆ ਵਾ ਤੁਸੀਂ ਪਤਾ ਕੀ ਗੱਲ ਆ ਹਾਂ ਆ ਲਾਈਟਾਂ ਲੂਟਾਂ ਬੰਦ ਕਰੋ ਯਾਰ ਲਾਈਟਾਂ ਲੂਟਾਂ ਬੰਦ ਕਰੇ ਭਾਈ ਦੇ ਉਸਤਾਦ ਉਹਨਾਂ ਦੇ ਸੌਣ ਦਾ ਟਾਈਮ ਹੋ ਗਿਆ ਅਤੇ ਇਹਨਾਂ ਨੇ ਸਵੇਰੇ ਸੋਤੇ ਉੱਠ ਕੇ ਫਿਰ ਵੀ ਦੁਬਾਰਾ ਵੀ ਸੋਣਾ ਫਿਰ ਉਸਤਾਦ ਜੀ ਕੀ ਗੱਲ ਥੱਕ ਗਏ ਨਹੀਂ ਜਨਾਬ ਮੈਂ ਕਹਿੰਦਾ ਸੁਬਾਹ ਉੱਠ ਕੇ ਰੋਜ਼ ਆ ਰਹਾਣ ਵਾਲਾ ਢੋਲ ਵੀ ਜਾਣਾ ਉਸਤਾਦ ਜੀ ਮੈਂ ਤੁਹਾਨੂੰ ਤੁਸੀਂ ਸਿਰਫ ਇੰਨਾ ਕਹਿਣਾ ਕਿ ਇੱਕ ਮਸ਼ਹੂਰੀ ਚੱਲਦੀ ਹੈ ਉਹਦੇ ਇੱਕ ਦਵਾਈਆਂ ਦੀ ਮਸ਼ਹੂਰੀ ਚੱਲਦੀ ਉਹਦੇ ਐਂਡ 'ਤੇ ਆਉਂਦਾ ਵਾ ਕਿ ਤਮਾਮ ਦੋ ਬੱਚੇ ਕੇ ਪਹੁੰਚਦੇ ਦੂਰੇ ਤਵੀਜ਼ ਜ਼ਿਆਦਾ ਖਰਾਬ ਤੋਂ ਡਾਕਟਰ ਸੇ ਰੁਜੂ ਕਰੇ ਮਹਿਕਮਾ ਸਿਹਤ ਹਕੂਮਤ ਪਾਕਿਸਤਾਨ ਤੁਸੀਂ ਇੱਦਾਂ ਕਹਿ ਦਿਓ ਤਮਾਮ ਦੁਆਏ ਬੱਚੋ ਕਲੀ ਚਤੂ ਰੱਖੇ ਤਬੀਅਤ ਜ਼ਿਆਦਾ ਖਰਾਬ ਹੋ ਤੋ ਡਾਕਟਰ ਸੇ ਰੁਜੂ ਕਰੇ ਤਬੀਅਤ ਜ਼ਿਆਦਾ ਖਰਾਬ ਹੋ ਤੋ ਫਿਰ ਵੀ ਦੁਆਓ ਸੇ ਦੂਰ ਰਹੇ ਨਾਦਰੀਨ ਗਾਣਾ ਸੁਣਦੇ ਆ ਆਪ ਇੱਧਰ ਆਏ ਭਾਈ ਸਾਹਿਲ ਪੇ ਸਟੈਂਡ ਅਪ ਸਾਹਿਲ ਪੇ ਖੜੇ ਹੋ ਤੁਮੇ ਕਿਆ ਗਮ ਚਲੇ ਜਾਣਾ ਮੈਂ ਡੂਬ ਰਹਾ ਹੂੰ ਅਭੀ ਡੂਬਾ ਤੋ ਨਹੀਂ ਹੂੰ ਮੈਂ ਡੂਬ ਰਹਾ ਨਹੀਂ ਹੂੰ ਐ ਵਾਦਾ ਫਰਾਮੋਸ਼ ਮੈਂ ਤੁਝ ਸਾ ਤੋ ਨਹੀਂ ਹੂੰ ਹਰ ਜ਼ੁਲਮ ਤੇਰਾ ਯਾਦ ਹੈ ਭੁਲਾ ਤੋ ਨਹੀਂ ਹੂੰ ਹਰ ਜ਼ੁਲਮ ਤੇਰਾ ਯਾਦ ਹੈ ਭੁਲਾ ਤੋ ਨਹੀਂ
मैं तुझ सा तो नहीं हूँ हर जुल्म। अब मैं बजाना अब चलो जी बज गई लै जो हूं ਇਹ ਠੀਕ ਵਜਣਾ ਸ਼ੁਰੂ ਹੋ ਜਾਏਗੀ ਇਹਨੂੰ ਪਹਿਲੇ ਦੋ ਕੁ ਸਾਲ ਨਾ ਕੰਧ ਨਾ ਟੰਗੀ ਰੱਖ ਕਾਜੂ ਕੋਈ ਆਖਰੀ ਕੋਈ ਤੁਸੀਂ ਜਾਂਦੀ ਹੈ ਬਾਰਾਂ ਦੀ ਚੀਜ਼ ਸੁਣਾਓਗੇ ਤੁਸੀਂ ਜ਼ਰੂਰ ਸੁਰੀਲੇ ਵੀ ਹੋਵੋਗੇ ਮੈਨੂੰ ਸ਼ੱਕ ਪੈ ਰਿਹਾ ਵਕਤ ਕਰਤਾ ਜੋ ਵਫਾ ਵਕਤ ਕਰਤਾ ਜੋ ਵਫਾ ਆਪ हमारे होते वक्त करता जो वफा दंग उठा जाता है सीने में फिर भी जिंदा है दंग उठा जाता है सीने में फिर भी जिंदा है तुमसे क्या हम तो भी जिंदगी से भी शर्मिंदा है मर ही जाते वा, वा, वा। जो ना मर ही जाते जो ना यादों के सहारे होते वाह 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 वक्त करे वाह 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 क्लैप लो जी नाज़रीन ਤੁਸੀਂ ਸਾਡੇ ਡਬਿੰਗ ਸ਼ਬਿੰਗ ਵਾਲੇ ਕਲਿੱਪ ਦੇਖੋ ਜ਼ਰਾ ਅਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਆਉਂਦੇ ਹਾਂ ਨਾਦਰੀ ਨਾ ਸਾਡੇ ਮੁਲਕ ਦਾ ਇੱਕ ਪਾਰਕ ਦੇਖੋ ਤੁਸੀਂ ਇਹਦਾ ਹਾਲ ਕੀ ਹੋਇਆ ਦੇਖੋ ਜ਼ਰਾ ਇੱਥੇ ਕਿੰਨੇ ਸੋਹਣੇ ਆਪਣਾ ਗਾਰੇ ਦੇ ਫਲ ਉੱਗੇ ਨੇ ਦੇਖੋ ਜ਼ਰਾ ਇੰਝ ਲੱਗਦਾ ਜਿਵੇਂ ਅੱਲਾ ਮਾਫੀ ਦੇਵੇ ਕੰਘਾ ਫੇਰ ਗਿਆ ਕੋਈ ਪਾਰਕ ਦੇ ਵਿੱਚ ਸਾਰੇ ਸ਼ਹਿਰ ਦਾ ਕੂੜਾ ਔਰ ਪਾਣੀ ਗੰਦਾ ਔਰ ਸੀਵਰੇਜ ਦਾ ਜਿਹੜਾ ਨਿਜ਼ਾਮ ਆ ਉਹ ਸਾਰਾ ਇਕੱਠਾ ਇਕੁੱਠਾ ਕਰਕੇ ਇੱਥੇ ਸਿੱਟ ਜਾਂਦੇ ਨੇ ਇੱਥੇ ਸਾਹਮਣੇ ਬੱਚਿਆਂ ਦਾ ਸਕੂਲ ਆ ਸਾਡੇ ਨਾਲ ਇੱਕ ਭਾਜੀ ਜੀ ਨੇ ਖੜ੍ਹੇ ਨੇ ਇਹ ਚਾਚਾ ਜੀ ਸਾਨੂੰ ਦੱਸਣਗੇ ਮਜ਼ੀਦ ਇੱਥੇ ਕੀ ਆਪਣਾ ਸਾਰੇ ਦੱਸੋ ਕਿ ਕੀ ਮੁਸ਼ਕਲਾਂ ਨੇ ਤੁਹਾਡੀ ਔਰ ਕੌਣ ਇੱਥੇ ਪਾਣੀ ਗੰਦਾ ਸਿੱਟ ਕੇ ਜਾਂਦਾ ਭਾਈ ਸਭ ਤੋਂ ਪਹਿਲੇ ਅਸਲਾਮ ਵਾਲੇਕਮ ਜੀ ਉਸ ਤੋਂ ਬਾਅਦ ਜਨਾਬ ਗੱਲ ਇਹ ਆ ਕਿ ਅੱਧੀ ਗੱਲ ਤਾਂ ਤੁਸੀਂ ਆਪ ਹੀ ਦੱਸ ਦੀ ਅੱਧੀ ਮੈਂ ਦੱਸ ਦਿੰਦਾ ਇਹ ਸਾਹਮਣੇ ਜਨਾਬ ਸਾਡੇ ਸਕੂਲ ਆ ਸਾਡਾ ਜਿਹੜਾ ਮੁਹੱਲਾ ਹੈ ਇਹਦਾ ਬੇੜਾ ਗਰਕ ਹੋ ਗਿਆ ਇਹਦਾ ਕੱਖ ਨਾ ਰਵੇ ਇਹਨਾਂ ਦਾ ਜਿਹੜਾ ਇੱਥੇ ਪਾਣੀ ਸਿੱਟਦੇ ਨੇ ਮੈਂ ਤਾਂ ਕਹਿੰਦਾ ਜਨਾਬ ਜੀ ਕਿ ਆ ਪਾਰਕ ਜਿਹੜਾ ਆ ਦੇਖੋ ਆ ਪਾਰਕ ਇਹਨੂੰ ਕੌਣ ਕਹਿੰਦਾ ਪਾਰਕ ਆ ਦੇਖੋ ਜ਼ਰਾ ਝਾਤੀ ਮਾਰੋ ਇੱਥੇ ਕੌਣ ਖੇਡਣ ਆਏਗਾ ਕਿਹਨਾਂ ਦੇ ਬੱਚੇ ਆਉਣਗੇ ਜੀ ਇੱਥੇ ਖੇਡਣ ਇੱਥੇ ਜਿਹੜਾ ਬੰਦਾ ਖੇਡਣ ਆਏਗਾ ਨਾ ਉਹ ਜਨਾਬ ਸਿਰਫ ਲਿਬੜ ਲੁੱਬੜ ਕੇ ਵਾਪਸ ਘਰ ਚੱਲ ਜਾਏਗਾ ਔਰ ਉਹਦੇ ਕੱਪੜਿਆਂ ਤੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਲੱਗਦਾ ਤੂੰ ਅੱਜ ਫਿਰ ਉਸ ਪਾਰਕ 'ਚੋਂ ਖੇਡ ਕੇ ਆਇਆ ਬੇਟਾ ਸਾਨੂੰ ਵੈਸੇ ਹੀ ਹਕੂਮਤ ਜਿਹੜੀ ਨਾ ਉਹ ਕਿਤੇ ਮਾਰ ਹੀ ਦੇਵੇ ਸਾਨੂੰ ਔਰ ਮੈਂ ਆਪਣਾ ਮੈਂ ਕੁਝ ਜ਼ਿਆਦਾ ਮੇਰਾ ਖਿਆਲ ਹੋ ਗਿਆ ਇੱਕ ਮਿੰਟ ਮੈਂ ਤਮੀਜ਼ ਨਾਲ ਗੱਲ ਕਰਦਾ ਥੋੜ੍ਹੀ ਜਿਹੀ ਕਿ ਗੱਲ ਇਹ ਆ ਕਿ ਹਕੂਮਤ ਨੂੰ ਚਾਹੀਦਾ ਆਪਣਾ ਕਿ ਸਾਡਾ ਵੀ ਖਿਆਲ ਕਰਨ ਅਸੀਂ ਗਰੀਬ ਆਦਮੀ ਹਾਂ ਆ ਦੇਖੋ ਹਾਲ ਸਾਡਾ ਸਾਡੇ ਕੋਲ ਖਾਣ ਨੂੰ ਕੁਛ ਨਹੀਂ ਪਾਉਣ ਨੂੰ ਕੁਛ ਨਹੀਂ ਆਪਣਾ ਨਹਾਉਣ ਨੂੰ ਕੁਛ ਨਹੀਂ ਸੌਣ ਨੂੰ ਕੁਛ ਨਹੀਂ ਆ ਪਾਰਕ ਇੱਕ ਸੀ ਇਹਦੇ 'ਚ ਅਸੀਂ ਆ ਕੇ ਕਿਤੇ ਧੁੱਪੇ ਬਹਿ ਜਾਈਦਾ ਸੀ ਉਹਦੇ 'ਚ ਵੀ ਗੰਦਾ ਪਾਣੀ ਸਿੱਟ ਕੇ ਸਾਡਾ ਬੇੜਾ ਗਰਕ ਇਹਨਾਂ ਲੋਕਾਂ ਨੇ ਕਰ ਦਿੱਤਾ ਇਹਨਾਂ ਨੂੰ ਕੋਈ ਪੁੱਛਣ ਗਿੱਛਣ ਦੱਸਣ ਸਮਝਾਉਣ ਵਾਲਾ ਨਹੀਂ ਤੁਹਾਡੀ ਮਿਹਰਬਾਨੀ ਮੇਰੀ ਉਹ ਸਾਹਮਣੇ ਰਹਿਸ਼ ਆ ਉਹ ਤੁਹਾਨੂੰ ਚਾਹ ਪਿਆਉਣਾ ਆ ਜਾਓ ਨਾਜ਼ਰੀਨ ਇੱਥੇ ਕਾਫੀ ਜ਼ਿਆਦਾ ਡੈਂਗੀ ਦੇ ਬਾਰੇ 'ਚ ਲੋਕ ਪਰੇਸ਼ਾਨ ਨੇ ਕਿਉਂਕਿ ਡੈਂਗੀ ਦਾ ਜਿਹੜਾ ਉਹ ਸੀਜ਼ਨ ਆਉਣ ਵਾਲਾ ਨਾਜ਼ਰੀਨ ਤਾਜ਼ਾ ਹਰੇ ਭਰੇ ਬਾਗਾਂ ਦਾ ਡੈਂਗੀ ਤੁਹਾਨੂੰ ਆਪਣਾ ਤੁਹਾਡੇ ਸਾਹਮਣੇ ਆਉਣ ਵਾਲਾ ਇਹਦੇ ਬਾਰੇ 'ਚ ਜਿਹੜੇ ਫੈਸਲਾਬਾਦ ਦੀ ਗੌਰਮੈਂਟ ਦੇ ਬੇਟੇ ਇੱਧਰ ਕਰ ਮਾਇਕ ਜੀ ਜੀ ਸਾਨੂੰ ਬੇਟਾ ਹੋਰ ਵੀ ਕੰਮ ਆ ਤੂੰ ਪੌਣੇ ਘੰਟੇ ਦੀ ਤਕਰੀਰ ਇੱਥੇ ਸ਼ੁਰੂ ਕਰ ਲਈਏ ਗੱਲ ਹੈ ਕਿ ਜੀ ਡੈਂਗੀ ਆਉਣ ਵਾਲਾ ਮਤਲਬ ਕਿ ਡੈਂਗੀ ਦਾ ਸੀਜ਼ਨ ਆਉਣ ਵਾਲਾ ਅਤੇ ਸਾਨੂੰ ਚਾਹੀਦਾ ਆਪਣੇ ਘਰਾਂ 'ਚੋਂ ਸਾਫ਼ ਪਾਣੀ ਯਾਨੀ ਕਿ ਉਹੀ ਉਹ ਜਿਹੜੀਆਂ ਪੁਰਾਣੀਆਂ ਸਾਰੀਆਂ ਪਿਛਲੇ ਸਾਲ ਵਾਲੀਆਂ ਗੱਲਾਂ ਉਹਦਾ ਹੀ ਤੁਸੀਂ ਧਿਆਨ ਰੱਖਣਾ ਔਰ ਡੈਂਗੀ ਦੀ ਮੈਂ ਤੁਹਾਨੂੰ ਪਛਾਣ ਦੱਸਦਾ ਕਿ ਉਹਦੀ ਪੂਛ ਜਿਹੜੀ ਆ ਸਾਦੇ ਮੱਛਰ ਨਾਲੋਂ ਥੋੜ੍ਹੀ ਜਿਹੀ ਵੱਡੀ ਹੁੰਦੀ ਆ ਔਰ ਅੱਖਾਂ ਉਹਦੀਆਂ ਥੋੜ੍ਹੀਆਂ ਮੋਟੀਆਂ ਹੁੰਦੀਆਂ ਆਮ ਮੱਛਰ ਨਾਲੋਂ ਜਿਹੜਾ ਰੈਗੂਲਰ ਮੱਛਰ ਹੁੰਦਾ ਨਾ ਜੀ ਉਹਦੇ ਨਾਲੋਂ ਥੋੜ੍ਹੀਆਂ ਅੱਖਾਂ ਮੋਟੀਆਂ ਹੁੰਦੀਆਂ ਦੰਦ ਉਹਦੇ ਅਗਲੇ ਜਿਹੜੇ ਦੋ ਵੱਡੇ ਹੁੰਦੇ ਆ ਇਹ ਡੈਂਗੀ ਦੀ ਪਛਾਣ ਆ ਔਰ ਲਿਆਦਾ ਜਿੱਥੇ ਤੁਸੀਂ ਡੈਂਗੀ ਵੇਖੋ ਉਹਦੇ ਕੋਲ ਬਚੋ ਬਚਣ ਦਾ ਕੀ ਤਰੀਕਾ ਜੀ ਬਚਣ ਦਾ ਤਰੀਕਾ ਸਭ ਤੋਂ ਅੱਛਾ ਕਚਹਿਰੀ ਬਾਜ਼ਾਰ ਜਾਓ ਕਿਸੇ ਵੀ ਮੋਬਾਈਲਾਂ ਵਾਲੇ ਕੋਲ ਆਪਣਾ ਆਪ ਲੈਮੀਨੇਸ਼ਨ ਕਰਾ ਲਓ ਤਾਂ ਕਿ ਨਾ ਮੱਛਰ ਕਿਤੇ ਆਵੇ
ਨਾ ਤੁਹਾਨੂੰ ਵੱਡੇ ਸਵੇਰ ਨੂੰ ਤੁਸੀਂ ਆਪਣਾ ਲੈਮੀਨੇਸ਼ਨ ਕਰਾਰੀ ਰਾਤ ਨੂੰ ਲਾ ਲਈ, ਔਰ ਅਗਰ ਡੈਂਗੀ ਵੱਢ ਵੀ ਦੇਵੇ ਤਾਂ ਬਿਲਕੁਲ ਪਰੇਸ਼ਾਨ ਨਹੀਂ ਹੋਣਾ, ਕੋਈ ਖਤਰੇ ਵਾਲੀ ਗੱਲ ਨਹੀਂ। ਮਰਨਾ ਹਰ ਇਨਸਾਨ ਨੇ ਆ, ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਨਹੀਂ ਚੌਥ, ਲਿਹਾਜ਼ਾ ਜੇ ਤੁਹਾਨੂੰ ਡੈਂਗੀ ਵੱਢਦਾ ਅਤੇ ਤੁਸੀਂ ਉਹਦੇ ਲਈ ਮਰ ਜਾਂਦੇ ਜੇ ਤਾਂ ਤੁਸੀਂ ਸ਼ਹਾਦਤ ਯਾਨੀ ਸ਼ਹੀਦ ਹੋਵੋਗੇ। ਤੁਸੀਂ ਇਸ ਤੋਂ ਬਹੁਤਾ ਵੀ ਨਹੀਂ ਡਰਨ ਦੀ ਕੋਈ ਲੋੜ ਹੈਗੀ ਉਹਦੇ ਤੋਂ, ਬਿਲਕੁਲ ਨਹੀਂ ਖੌਫ ਕਰਨਾ। ਜਿਨ੍ਹਾਂ ਦੇ ਨਾ ਯੂਬ ਰਿਸਰਚ ਫੈਸਲਾਬਾਦ ਦੇ ਵਿੱਚ ਆਪਣਾ ਜਿਹੜੇ ਪੌਦੇ ਆਪਣਾ ਲੱਗੇ ਨੇ ਜੜੀ ਬੂਟੀਆਂ ਜਿਹੜੀਆਂ, ਉਹਨਾਂ ਨੂੰ ਸਰਦੀ ਤੋਂ ਬਹੁਤ ਜ਼ਿਆਦਾ ਹੀ ਖਤਰਾ ਹੈਗਾ। ਮੈਂ ਇਸ ਟਾਈਮ ਮੌਜੂਦ ਹਾਂ ਯੂਬ ਰਿਸਰਚ ਦੇ ਦਫ਼ਤਰ ਦੇ ਵਿੱਚ, ਅਤੇ ਉਹਨਾਂ ਨੂੰ ਉੱਥੇ ਜਿਹੜੇ ਚੌਰੀ ਸਾਹਿਬ ਨੇ ਉਹਨਾਂ ਨੂੰ ਪੁੱਛਾਂਗੇ ਕਿ ਸਾਰੇ ਦੱਸੋ ਵੀ ਜਿਹੜੀ ਆਪਣਾ ਸਰਦੀ ਦੀ ਵਜ੍ਹਾ ਤੋਂ ਜਿਹੜੀ ਫਸਲ ਔਰ ਜਿਹੜੇ ਆਪਣਾ ਬੀਜ ਬੂਜ ਔਰ ਯੂਬ ਰਿਸਰਚ ਦੇ ਵਿੱਚ ਜਿਹੜੇ ਪੌਦੇ ਲੱਗੇ ਨੇ ਇਹਨਾਂ ਨੂੰ ਕਿੱਦਾਂ ਤਹਾਫਜ਼ ਦਿੱਤਾ ਜਾ ਰਿਹਾ, ਔਰ ਇਹਨਾਂ ਨੂੰ ਤੁਸੀਂ ਕਿੱਦਾਂ ਠੰਡ ਤੋਂ ਬਚਾ ਰਹੇ ਹੈ। ਮੇਰੇ ਨਾਲ ਚੌਰੀ ਸਾਹਿਬ ਨੇ ਆ ਜਾਓ ਗੱਲ ਕਰ ਲੈਂਦੇ ਹਾਂ, ਜਿਹੜੀ ਗੱਲ ਹੋਏਗੀ ਤੁਹਾਡੇ ਮੂੰਹ ਦੇ ਸਾਹਮਣੇ ਹੋਏਗੀ, ਮੈਂ ਕੀ ਕਰ ਸਕਦਾ। ਸਰ ਇਹ ਦੱਸੋ ਵੀ ਤੁਸੀਂ ਠੰਡ ਤੋਂ ਪੌਦਿਆਂ ਨੂੰ ਕਿੱਦਾਂ ਬਚਾ ਰਹੇ ਹਾਂ, ਕੀ ਤਰੀਕਾ ਤੁਸੀਂ ਕਰ ਰਹੇ ਹਾਂ ਇਹਨਾਂ ਦਾ? ਧੁੰਦਾਂ ਪੈ ਰਹੀਆਂ, ਸਰਦੀ ਪੈ ਰਹੀ, ਸਾਰੇ ਇਹਨਾਂ ਪੌਦਿਆਂ ਨੂੰ ਮਾਸੂਮਾਂ ਨੂੰ ਤੁਸੀਂ ਠੰਡ ਦੇ ਉੱਪਰੋਂ ਬਚਾਓ। ਬੇਟਾ ਮੈਂ ਹੁਣ ਕੀ ਇਕੱਲੇ ਇਕੱਲੇ ਮਤਲਬ ਪੌਦੇ ਨੂੰ ਜਰਸੀ ਪਵਾ ਦਿਆਂ, ਜਾਂ ਮਤਲਬ ਇਕੱਲੇ ਇਕੱਲੇ ਪੌਦੇ ਦੇ ਅੱਗੇ ਮੈਂ ਇੱਕ ਇੱਕ ਹੀਟਰ ਲਿਆ ਕੇ ਇੱਕ ਇੱਕ ਪੌਦੇ ਦੇ ਅੱਗੇ ਰੱਖ ਦਿਆਂ ਭਾਈ, ਜਾਂ ਮੈਂ ਕੋਈ ਕਹਿ ਕੇ ਠੰਡ ਪਵਾ ਰਿਹਾ? ਅੱਲਾ ਦੀ ਬਦ ਮਰਜ਼ੀ, ਅਸੀਂ ਇੱਥੇ ਕੋਈ 8-10 ਜਾਣੇ ਬੁੱਢੀਆਂ ਬੰਦੇ ਆਪਣਾ ਇਕੱਠੇ ਹੋਏ ਹਾਂ, ਅਸੀਂ ਦੇਖ ਰਹੇ ਹਾਂ ਵੀ ਕੀ ਉਹਨਾਂ ਦਾ ਆਪਣਾ ਇਲਾਜ ਕਰੀਏ, ਕਿਉਂਕਿ ਠੰਡ ਤਾਂ ਮੈਨੂੰ ਆਪ ਨੂੰ ਬਹੁਤ ਠੰਡ ਲੱਗਦੀ। ਮੈਂ ਤੈਨੂੰ ਕੀ ਦੱਸਾਂ, ਮੈਂ ਤੈਨੂੰ ਨਾ ਉਹਨਾਂ ਫੁੱਲਾਂ ਦੀ ਪਈ ਆ, ਮੈਂ ਆਪ ਨਾਦਕ ਜਿਹਾ ਫੁੱਲ ਹਾਂ, ਮੈਨੂੰ ਆਪਣੀ ਟੈਨਸ਼ਨ ਹੈ ਕਿ ਮੈਂ ਕਿੱਦਾਂ ਬਚਣਾ। ਅਸੀਂ ਆ ਸਾਰੇ ਇਕੱਠੇ ਹੋਏ ਹਾਂ, ਅਸੀਂ ਪੌਦਿਆਂ ਦੇ ਖੋਲ ਖਲੋ ਕੇ ਨਾ ਪੌਦਿਆਂ ਨੂੰ ਗਾਲਾਂ ਕੱਢੀ ਚਾਹੀਦੀਆਂ ਤਾਂ ਕਿ ਪੌਦੇ ਜਿਹੜੇ ਨਾ ਉਹ ਆਪਣਾ ਗਰਮ ਰਹਿਣ। ਸਾਡੇ ਕੋਲ ਤਾਂ ਇਹੀ ਤਰੀਕਾ, ਜੇ ਤੇਰੇ ਕੋਈ ਹੋਰ ਤਰੀਕਾ ਹੈਗਾ ਤਾਂ ਭਾਈ ਤੂੰ ਦੱਸ ਦੇ। ਸਰ ਕੀ ਕਹਿਣਾ ਚਾਹ ਰਹੇ? ਇੱਕ ਅਸੀਂ ਤੁਹਾਨੂੰ ਗੀਤ ਸੁਣਾਉਣਾ ਚਾਹੁੰਦੇ ਜੀ। ਵੀ ਜੇ ਗਾਣਾ ਮੈਂ ਅਕਤੂਬਰ ਨਹੀਂ ਲੱਗ ਪੈਣਾ। ਚੱਲ ਇੱਕ ਮੇਰਾ ਯਾਰਾ ਇੱਕ ਮੇਰੀ ਯਾਰੀ ਇਹ ਅਰਦਾਸ ਹੈ ਮੇਰੀ, ਟੈਂਪੋ ਚ ਵਹੀ ਮੇਰਾ ਸੱਚ ਹੈ ਵਹੀ ਮੇਰੀ ਜ਼ਿੱਦ ਵੀ ਇਹ ਅਰਦਾਸ ਹੈ ਤੇਰੀ। ਰੂਠੇ ਨੂੰ ਮਨਾਉਣਾ ਬਸ ਅਸਾਂ ਲਿਖਿਆ, ਕਭੀ ਵੀ ਨਾ ਰੂਠੇ ਨਾ ਤੂੰ ਮੁਝਸੇ, ਬਸ ਅਸੀਂ ਸਿੱਖਿਆ ਯਾਰ ਨਿਭਾਣਾ, ਤਬ ਸੇ ਜੁੜੀ ਹੈ ਜਾਣ ਤੁਝਸੇ, ਹੋ ਯਾਰਾ ਮੇਰੇ ਖੈਰ ਮੰਗਦਾ ਮੈਂ ਤੇਰੀ, ਰੱਬਾ ਸੇ ਯਾਰਾ ਖੈਰ ਮੰਗਦਾ ਮੈਂ ਤੇਰੀ, ਮੈਂ ਤੇਰੀ ਖੈਰ ਮੰਗਦਾ ਮੈਂ ਤੇਰੀ, ਹੋ ਯਾਰਾ ਮੈਂ ਤਾਂ ਖੈਰ ਮੰਗਦਾ ਮੈਂ ਤੇਰੀ, ਮੈਂ ਤੇਰੀ ਖੈਰ ਮੰਗਦਾ ਮੈਂ ਤੇਰੀ। ਲਓ ਜੀ ਨਾਜ਼ਰੀਨ, ਲਓ ਜੀ ਨਾਜ਼ਰੀਨ, ਪ੍ਰੋਗਰਾਮ ਦਾ ਖਤਮ ਹੋ ਗਿਆ। ਮੈਂ ਸੁਣਦਾ, ਠਹਿਰ ਜਾ, ਤੂੰ ਮੈਨੂੰ ਵਾਇਸ ਮੈਸੇਜ ਕਰਦੀ। ਲਓ ਜੀ ਨਾਜ਼ਰੀਨ, ਲਓ ਜੀ ਇੱਕ ਵਾਰੀ ਸਾਰੇ ਨਾ ਐਪ ਮੇਰੇ ਭਰਾ 'ਤੇ ਕਲੈਪ ਕਰੋ, ਵੱਡੀ ਕਲੈਪ, ਥੰਡਰ ਕਲੈਪ। ਬਹੁਤ ਸ਼ੁਕਰੀਆ ਜਨਾਬ। ਓਏ ਆ ਨਾਜ਼ਰੀਨ, ਤੁਸੀਂ ਇਹਦਾ ਗਾਣਾ ਸੁਣ ਲਓ ਅਤੇ ਮੈਂ ਚੱਲਾਂ ਵਾਂ।